ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਹਾਂ ਡਾਕਟਰ ਦਰਸ਼ਨਜੋਤ ਕੌਰ ਮੋਹਾਲੀ ਤੋਂ। ਜਿਵੇਂ ਕਿ ਮੈਂ ਪਹਿਲਾਂ ਆਪ ਜੀ ਦੇ ਨਾਲ ਬੈਲੈਂਸਡ ਡਾਇਟ ਦੇ ਬਾਰੇ ਕੁਝ ਵਿਚਾਰ ਸਾਂਝੇ ਕੀਤੇ ਸਨ ਅਤੇ ਮੈਂ ਤੁਹਾਨੂੰ ਦੱਸਿਆ ਸੀ ਕਿ ਬੈਲੈਂਸਡ ਡਾਇਟ ਜਿਹੜੀ ਅਸੀਂ ਲੈਣੀ ਹੁੰਦੀ ਹੈ ਉਸ ਦੇ ਵਿੱਚ 50 ਤੱਤ ਜ਼ਰੂਰੀ ਹੁੰਦੇ ਹਨ, ਜਿਨ੍ਹਾਂ ਵਿੱਚੋਂ 10 ਮੁੱਖ ਤੱਤ ਹੁੰਦੇ ਹਨ। ਜੇ ਅਸੀਂ ਇਹ 10 ਮੁੱਖ ਤੱਤ ਖੁਰਾਕ ਦੇ ਵਿੱਚ ਲੈ ਲਈਏ ਤਾਂ ਬਾਕੀ ਦੇ ਤੱਤ ਆਪਣੇ ਆਪ ਹੀ ਆ ਜਾਂਦੇ ਹਨ। ਇਹ ਜੋ 10 ਮੁੱਖ ਤੱਤ ਹਨ, ਇਹਨਾਂ ਵਿੱਚੋਂ ਕੁਛ ਤਾਂ ਐਸੇ ਹੁੰਦੇ ਹਨ ਜਿਨ੍ਹਾਂ ਨੂੰ ਅਸੀਂ ਬਹੁਤ ਥੋੜ੍ਹੀ ਮਾਤਰਾ ਵਿੱਚ ਵੀ ਲਈਏ ਤਾਂ ਸਾਡੇ ਵਾਸਤੇ ਕਾਫੀ ਹੋ ਜਾਂਦੇ ਹਨ, ਪਰ ਕੁਛ ਅਜਿਹੇ ਤੱਤ ਹਨ ਜਿਹੜੇ ਕਿ ਸਾਨੂੰ ਵਧੇਰੇ ਮਾਤਰਾ ਵਿੱਚ ਲੈਣੇ ਪੈਂਦੇ ਹਨ। ਜਿਹੜੇ ਵਧੇਰੇ ਮਾਤਰਾ ਵਿੱਚ ਲੈਣੇ ਪੈਂਦੇ ਹਨ ਉਹਨਾਂ ਨੂੰ ਅਸੀਂ ਮੈਕਰੋ ਨਿਊਟ੍ਰੀਐਂਟਸ ਕਹਿੰਦੇ ਹਾਂ। ਇਹਨਾਂ ਦੇ ਵਿੱਚ ਮੁੱਖ ਤੌਰ 'ਤੇ 4 ਤੱਤ ਆਉਂਦੇ ਹਨ, ਕਾਰਬੋਹਾਈਡਰੇਟਸ, ਫੈਟਸ, ਪ੍ਰੋਟੀਨਸ ਅਤੇ ਵਾਟਰ, ਭਾਵ ਨਿਸ਼ਾਸਤਾ, ਚਰਬੀ, ਪ੍ਰੋਟੀਨ ਅਤੇ ਪਾਣੀ। ਜੋ ਅੱਜ ਮੈਂ ਵਿਸ਼ਾ ਲੈ ਰਹੀ ਹਾਂ ਉਹ ਹੈ ਖੁਰਾਕ ਦੇ ਵਿੱਚ ਫੈਟਸ ਜਾਂ ਚਰਬੀ ਕਿਹੋ ਜਿਹੀ ਹੋਣੀ ਚਾਹੀਦੀ ਹੈ ਅਤੇ ਕਿੰਨੀ ਮਾਤਰਾ ਵਿੱਚ ਹੋਣੀ ਚਾਹੀਦੀ ਹੈ ਤਾਂ ਕਿ ਸਾਡੀ ਸਿਹਤ ਠੀਕ ਰਹੇ। ਇਹ ਇੱਕ ਬੜਾ ਕਨਫਿਊਜ਼ਿੰਗ ਅਤੇ ਕੰਟਰੋਵਰਸ਼ੀਅਲ ਟੌਪਿਕ ਹੈ। ਫੈਟ ਦੇ ਬਾਰੇ, ਚਰਬੀ ਦੇ ਬਾਰੇ ਆਮ ਧਾਰਨਾ ਕੁਝ ਹੋਰ ਹੁੰਦੀ ਹੈ ਅਤੇ ਸਾਇੰਟਿਫਿਕ ਬੇਸ ਕੁਝ ਹੋਰ ਹੈ, ਇਸ ਲਈ ਬੜੀ ਕਨਫਿਊਜ਼ਨ ਹੈ ਅਤੇ ਇਸ ਦੇ ਬਾਰੇ ਜਾਣਨਾ ਸਾਡੇ ਲਈ ਬਹੁਤ ਜ਼ਰੂਰੀ ਹੈ ਤਾਂ ਕਿ ਅਸੀਂ ਆਪਣੀ ਸਿਹਤ ਨੂੰ ਠੀਕ ਰੱਖ ਸਕੀਏ। ਹੁਣ ਸਭ ਤੋਂ ਪਹਿਲਾਂ ਇਹ ਪ੍ਰਸ਼ਨ ਉੱਠਦਾ ਹੈ ਕਿ ਸਾਨੂੰ ਚਰਬੀ ਲੈਣੀ ਹੀ ਕਿਉਂ ਚਾਹੀਦੀ ਹੈ? ਵਾਈ ਸ਼ੁੱਡ ਵੀ ਟੇਕ ਫੈਟ ਇਨ ਆਰ ਡੇਲੀ ਰੂਟੀਨ ਡਾਇਟ? ਤਾਂ ਇਸਦਾ ਇਹ ਜਵਾਬ ਹੈ ਕਿ ਜੋ ਚਰਬੀ ਹੈ ਇਹ ਇੱਕ ਕੰਸੈਂਟਰੇਟਿਡ ਸੋਰਸ ਆਫ ਐਨਰਜੀ ਹੈ, ਭਾਵ ਕਿ ਅਸੀਂ ਜੋ ਕੁਛ ਵੀ ਖਾਂਦੇ ਹਾਂ, ਚਾਹੇ ਅਸੀਂ ਪ੍ਰੋਟੀਨਸ ਲਈਏ, ਚਾਹੇ ਕਾਰਬੋਹਾਈਡਰੇਟਸ ਲਈਏ, ਚਾਹੇ ਫੈਟਸ ਲਈਏ, ਤਾਂ ਜਿਹੜਾ ਐਕਸਟਰਾ ਸਾਡਾ ਲਿਆ ਜਾਂਦਾ ਹੈ ਕੈਲਰੀਜ ਦੇ ਰੂਪ ਦੇ ਵਿੱਚ ਜਿੰਨੀਆਂ ਸਾਨੂੰ ਚਾਹੀਦੀਆਂ ਨੇ, ਅਤੇ ਜੇ ਅਸੀਂ ਜ਼ਿਆਦਾ ਲੈ ਲੈਂਦੇ ਹਾਂ ਤਾਂ ਉਹ ਸਾਡੇ ਸਰੀਰ ਦੇ ਵਿੱਚ ਚਰਬੀ ਦੇ ਰੂਪ ਦੇ ਵਿੱਚ ਜਮ੍ਹਾਂ ਹੋ ਜਾਂਦੀਆਂ ਹਨ ਅਤੇ ਜਦੋਂ ਫਿਰ ਕੋਈ ਬਿਮਾਰੀ ਆਉਂਦੀ ਹੈ ਜਾਂ ਸਟਾਰਵੇਸ਼ਨ ਹੁੰਦੀ ਹੈ, ਕੋਈ ਇਸ ਤਰ੍ਹਾਂ ਦਾ ਮੌਕਾ ਬਣਦਾ ਹੈ ਤਾਂ ਸਾਨੂੰ ਐਨਰਜੀ ਫੈਟਸ ਤੋਂ ਹੀ ਮਿਲਦੀ ਹੈ। ਸਪੋਜ਼ਿੰਗ ਸਾਨੂੰ ਹੋਰ ਕੁਝ ਵੀ ਖਾਣ ਲਈ ਨਹੀਂ ਮਿਲਦਾ ਜਾਂ ਸਾਡੀ ਬਾਡੀ ਅਸੈਪਟ ਨਹੀਂ ਕਰ ਰਹੀ ਤਾਂ ਸਾਡੇ ਅੰਦਰ ਜਿਹੜੀ ਫੈਟ ਪਹਿਲਾਂ ਇਕੱਠੀ ਹੋਈ ਹੁੰਦੀ ਹੈ ਸਟੋਰੇਜ ਫੋਰਮ ਦੇ ਵਿੱਚ, ਉਹ ਸਾਨੂੰ ਡੇ ਟੂ ਡੇ ਲਾਈਫ ਨੂੰ ਮੇਨਟੇਨ ਕਰਨ ਦੇ ਵਿੱਚ ਐਨਰਜੀ ਦਿੰਦੀ ਹੈ। ਦੂਜਾ ਹੈ ਕਿ ਕੁਛ ਇੱਕ ਐਸੇ ਵਿਟਾਮਿਨਸ ਹਨ ਜਿਨ੍ਹਾਂ ਨੂੰ ਫੈਟਸ ਹੀ ਚਾਹੀਦੀਆਂ ਹਨ, ਜੋ ਫੈਟਸ ਦੇ ਵਿੱਚ ਹੀ ਡਿਜ਼ੋਲਵ ਹੁੰਦੇ ਹਨ ਤਾਂ ਹੀ ਸਾਡੀ ਬਾਡੀ ਵਿੱਚ ਉਹ ਐਬਜ਼ੋਰਬ ਹੋ ਸਕਦੇ ਨੇ। ਇਹ ਕੈਰੀਅਰ ਬਣ ਕੇ ਜੋ ਫੈਟ ਹੈ, ਫੈਟ ਸੋਲਿਊਬਲ ਵਿਟਾਮਿਨਸ ਨੂੰ ਸਾਡੇ ਸਰੀਰ ਦੇ ਅੰਦਰ ਪਹੁੰਚਾਉਂਦੀ ਹੈ। ਤੀਸਰਾ ਹੈ ਕਿ ਜਦੋਂ ਅਸੀਂ ਕੋਈ ਵੀ ਚੀਜ਼ ਖਾਣੀ ਹੁੰਦੀ ਹੈ ਤਾਂ ਸਾਨੂੰ ਉਹਦਾ ਜੇ ਕੋਈ ਅੱਛਾ ਫਲੇਵਰ ਹੋਏਗਾ ਤਾਂ ਅਸੀਂ ਉਸਦਾ ਆਨੰਦ ਮਾਣ ਸਕਦੇ ਹਾਂ, ਅਤੇ ਫੈਟਸ ਜੋ ਹੈ ਉਹ ਸਾਡੇ ਭੋਜਨ ਨੂੰ ਅੱਛਾ ਫਲੇਵਰ ਦੇਣ ਦੇ ਵਿੱਚ ਮਦਦ ਕਰਦੀਆਂ ਹਨ। ਸਭ ਤੋਂ ਇੱਕ ਜੋ ਇੰਪੋਰਟੈਂਟ ਇਸਦਾ ਕੰਮ ਹੈ ਉਹ ਹੈ ਕਿ ਸਾਡੇ ਜੋ ਇੰਟਰਨਲ ਔਰਗਨਸ ਨੇ, ਜਿਸ ਤਰ੍ਹਾਂ ਹੈ ਹਾਰਟ ਹੈ, ਲੰਗਸ ਹੈ, ਇੰਟਸਟਾਈਨਸ ਹੈ ਜਾਂ ਹੋਰ ਅੰਦਰ ਜਿਹੜੇ ਅੰਗ ਹਨ, ਉਹਨਾਂ ਨੂੰ ਗਰਮੀ ਸਰਦੀ ਤੋਂ ਬਚਾਉਣ ਲਈ, ਭਾਵ ਕਿ ਇੰਸੂਲੇਟਰੀ ਐਕਸ਼ਨ ਜੋ ਹੈ ਇੰਸੂਲੇਸ਼ਨ ਵਾਸਤੇ ਪਰਮਾਤਮਾ ਨੇ ਉਹਨਾਂ ਦੇ ਉੱਤੇ ਫੈਟ ਦੀ ਲੇਅਰ ਦਿੱਤੀ ਹੁੰਦੀ ਹੈ। ਇਸੇ ਤਰ੍ਹਾਂ ਕੋਈ ਝਟਕਾ ਲੱਗ ਜਾਂਦਾ ਹੈ ਤਾਂ ਬਫਰਿੰਗ ਐਕਸ਼ਨ ਵਾਸਤੇ ਵੀ ਇਹ ਫੈਟ ਜੋ ਹੈ ਉਹਨਾਂ ਅੰਗਾਂ ਦੇ ਉੱਤੇ ਜਿਹੜੀ ਲੇਅਰ ਜੰਮੀ ਹੁੰਦੀ ਹੈ ਉਹ ਲੋੜੀਂਦੀ ਹੁੰਦੀ ਹੈ। ਇਸ ਕਰਕੇ ਜੋ ਇੰਟਰਨਲ ਔਰਗਨਸ ਨੇ ਉਹਨਾਂ ਦੀ ਇੰਸੂਲੇਸ਼ਨ ਅਤੇ ਬਫਰਿੰਗ ਵਾਸਤੇ ਫੈਟ ਦੀ ਲੋੜ ਹੁੰਦੀ ਹੈ। ਇਸੇ ਤਰ੍ਹਾਂ ਜੋ ਸਕਿਨ ਹੈ, ਸਾਡੀ ਚਮੜੀ ਹੈ, ਉਸ ਦੀ ਹੈਲਥ ਵਾਸਤੇ ਵੀ ਫੈਟ ਦੀ ਲੋੜ ਹੈ। ਆਪਾਂ ਆਮ ਹੀ ਦੇਖਦੇ ਹਾਂ ਕਿ ਜਿਨ੍ਹਾਂ ਦੀ ਖੁਰਾਕ ਦੇ ਵਿੱਚ ਚਰਬੀ ਬਿਲਕੁਲ ਹੀ ਨਹੀਂ ਹੁੰਦੀ
ਉਹਨਾਂ ਦੀ ਸਕਿਨ ਜੋ ਹੈ ਉਸ ਦੇ ਗਲੋ ਹੁੰਦੀ ਹੋਈ ਨਹੀਂ, ਬਹੁਤ ਹੋਰ ਤਰ੍ਹਾਂ ਦੀ ਸਕਿਨ, ਟੋਡ ਵਰਗੀ ਸਕਿਨ ਉਹਨਾਂ ਦੀ ਬਣ ਜਾਂਦੀ ਹੈ। ਇਸੇ ਤਰ੍ਹਾਂ ਅੱਖਾਂ ਦੇ ਵਾਸਤੇ ਵੀ, ਆਈ ਸਾਈਟ ਵਾਸਤੇ ਵੀ ਅਤੇ ਆਈਜ਼ ਦੀ ਲੁੱਕ ਵਾਸਤੇ ਵੀ ਜੋ ਹੈ ਫੈਟ ਦਾ ਹੋਣਾ ਬਹੁਤ ਲੋੜੀਂਦਾ ਹੈ। ਸੋ ਆਪਾਂ ਨੂੰ ਇਹ ਸਮਝ ਹੁਣ ਆ ਹੀ ਗਈ ਹੈ ਕਿ ਫੈਟ ਆਪਾਂ ਇਹ ਨਹੀਂ ਕਰ ਸਕਦੇ ਕਿ ਫੈਟ ਫਰੀ ਡਾਇਟ ਬਿਲਕੁਲ ਲਈਏ, ਉਹ ਪੋਸੀਬਲ ਵੀ ਨਹੀਂ ਹੈ ਔਰ ਸਾਨੂੰ ਕਰਨਾ ਵੀ ਨਹੀਂ ਚਾਹੀਦਾ। ਸਾਨੂੰ ਕੁਝ ਨਾ ਕੁਝ ਫੈਟ ਦੀ ਲੋੜ ਹੁੰਦੀ ਹੈ ਤਾਂ ਕਿ ਸਾਡੀ ਸਿਹਤ ਠੀਕ ਰਹੇ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਕਿੰਨੀ ਫੈਟ ਲਈ ਜਾਵੇ ਜਿਹੜੀ ਕਿ ਸਾਡੀ ਸਿਹਤ ਵਾਸਤੇ ਚੰਗੀ ਹੋਵੇ। ਇਹ ਇੱਕ ਸਾਇੰਟਿਫਿਕ ਅਸੂਲ ਹੈ ਕਿ ਜਿੰਨੀਆਂ ਅਸੀਂ ਕੈਲਰੀਜ਼ ਲੈਣੀਆਂ ਹਨ, ਜਿੰਨੀਆਂ ਆਈਡੀਅਲ ਕੈਲਰੀਜ਼ ਜਿਹੜੀਆਂ ਸਾਨੂੰ ਚਾਹੀਦੀਆਂ ਨੇ 24 ਘੰਟੇ ਦੇ ਵਿੱਚ, ਉਸਦਾ 30% ਹਿੱਸਾ ਹੈ ਜੋ ਉਹ ਫੈਟ ਤੋਂ ਆਉਣਾ ਚਾਹੀਦਾ। ਅਤੇ ਇਸ ਤਰ੍ਹਾਂ ਜੇ ਅਸੀਂ ਕੈਲਕੂਲੇਟ ਕਰੀਏ ਤਾਂ ਅਲੱਗ ਅਲੱਗ ਭਾਰ ਜੋ ਹੈਲਦੀ ਵੇਟਸ ਹੈਗੇ ਨੇ, ਜਿਸ ਤਰ੍ਹਾਂ 55 ਤੋਂ ਲੈ ਕੇ ਯੂ ਕੈਨ ਸੇ 70 ਕੇਜੀ ਤੱਕ ਜਿਸ ਤਰ੍ਹਾਂ ਭਾਰ ਹੁੰਦਾ ਹੈ, ਤਾਂ ਉਹਦੀ 30% ਜੋ ਕੈਲਰੀਜ਼ ਬਣਦੀਆਂ ਨੇ ਉਹਦੇ ਵਿੱਚ ਲਗਭਗ ਜਿਹੜੇ ਪਤਲੇ ਬੰਦੇ ਨੇ ਜਾਂ ਘੱਟ ਭਾਰ ਵਾਲੇ ਬੰਦੇ ਨੇ ਉਹਨਾਂ ਨੂੰ 44 ਅਤੇ ਜਿਹੜੇ ਜ਼ਿਆਦਾ ਭਾਰ ਵਾਲੇ ਨੇ ਉਹਨਾਂ ਦੇ 70 ਗ੍ਰਾਮ, ਇੰਨੀ ਕੁ ਫੈਟ ਜਿਹੜੀ ਹੈ ਰੋਜ਼ ਸਾਨੂੰ ਲੋੜੀਂਦੀ ਹੁੰਦੀ ਹੈ। ਭਾਵ ਕਿ ਸਾਡੀ ਡੇ ਟੂ ਡੇ ਜਿਹੜੀ ਰਿਕੁਆਇਰਮੈਂਟ ਫੈਟ ਦੀ ਹੈਗੀ ਹੈ ਉਹ ਹੈ 44 to 70 grams ਪਰ ਡੇ। ਆਪਾਂ ਹੁਣ ਸੋਚ ਰਹੇ ਹੋਵਾਂਗੇ ਕਿ ਇਹ ਤਾਂ ਬਹੁਤ ਜ਼ਿਆਦਾ ਹੈ, 44 to 70 grams ਫੈਟ ਜੇ ਅਸੀਂ ਰੋਜ਼ ਲਈਏ ਤਾਂ ਸਾਡਾ ਕੀ ਬਣੇਗਾ। ਪਰ ਐਸਾ ਨਹੀਂ, ਇਸ ਤਰ੍ਹਾਂ ਹੈ ਕਿ ਜਿਹੜੀ ਵੀ ਅਸੀਂ ਫੈਟ ਜੋ ਅਸੀਂ ਖੁਰਾਕ ਖਾਂਦੇ ਹਾਂ ਉਸ ਹਰੇਕ ਚੀਜ਼ ਦੇ ਵਿੱਚ ਕੁਛ ਨਾ ਕੁਛ ਮਾਤਰਾ ਫੈਟ ਦੀ ਹੁੰਦੀ ਹੈ। ਇਸ ਲਈ ਸਾਡੀ ਜਿਹੜੀ ਫੈਟ ਦੀ ਇਨਟੇਕ ਸਾਰੇ ਦਿਨ ਦੇ ਵਿੱਚ ਹੁੰਦੀ ਹੈ ਉਹ ਦੋ ਰੂਪਾਂ ਦੇ ਵਿੱਚ ਹੁੰਦੀ ਹੈ, ਦੋ ਤਰ੍ਹਾਂ ਨਾਲ ਹੁੰਦੀ ਹੈ। ਇੱਕ ਤਾਂ ਹੈ ਇਨਵਿਜ਼ੀਬਲ ਫੈਟ ਅਤੇ ਦੂਸਰੀ ਹੈ ਵਿਜ਼ੀਬਲ ਫੈਟ। ਇੱਕ ਤਾਂ ਸਾਨੂੰ ਨਜ਼ਰ ਆਉਂਦੀ ਹੈ ਜਿਹੜੀ ਕਿ ਅਸੀਂ ਫੈਟ ਦੇ ਰੂਪ ਵਿੱਚ ਸਿੱਧਾ ਲੈਂਦੇ ਹਾਂ, ਜਿਵੇਂ ਘਿਓ ਹੈ, ਮੱਖਣ ਹੈ, ਮਲਾਈ ਹੈ, ਤੇਲ ਹੈ, ਪਨੀਰ ਹੈ ਜਾਂ ਦੁੱਧ ਹੈ। ਅਤੇ ਇੱਕ ਹੁੰਦੀ ਹੈ ਇਨਵਿਜ਼ੀਬਲ ਜਿਹੜੀ ਕਿ ਸਾਨੂੰ ਨਜ਼ਰ ਨਹੀਂ ਆਉਂਦੀ ਪਰ ਸਾਡੇ ਸਰੀਰ ਦੇ ਵਿੱਚ ਜੋ ਅਸੀਂ ਕੁਛ ਵੀ ਖਾਂਦੇ ਹਾਂ ਉਹਦੇ ਨਾਲ ਆਪਣੇ ਆਪ ਅੰਦਰ ਚਲੀ ਜਾਂਦੀ ਹੈ। ਜਿਸ ਤਰ੍ਹਾਂ ਕਿ ਆਪਾਂ ਅਨਾਜ ਖਾਂਦੇ ਹਾਂ, ਕਣਕ ਲੈਂਦੇ ਹਾਂ, ਚਾਵਲ ਹੈ, ਮੱਕੀ ਹੈ, ਇਹਨਾਂ ਦੇ ਨਾਲ ਕੁਛ ਜਿਹੜੀ ਇਹਦੇ 'ਚੋਂ ਅਸੀਂ ਜਦੋਂ ਦੇਖਦੇ ਹਾਂ ਕਿ ਨਿਊਟ੍ਰੀਐਂਟਸ ਕਿੰਨੇ ਨੇ ਤਾਂ ਹਰ ਇੱਕ ਦੀ ਜਦੋਂ ਅਸੀਂ ਨਿਊਟ੍ਰੀਸ਼ਨ ਵੈਲਿਊ ਦੇਖਦੇ ਹਾਂ ਤਾਂ ਉਹਦੇ 'ਚ ਫੈਟ ਜ਼ਰੂਰ ਹੈ, ਕਿਸੇ ਵਿੱਚ ਜ਼ਿਆਦਾ ਹੈ, ਕਿਸੇ ਵਿੱਚ ਘੱਟ ਹੈ। ਮੱਕੀ ਵਿੱਚ ਜ਼ਿਆਦਾ ਹੈ, ਕਣਕ ਵਿੱਚ ਉਸ ਤੋਂ ਘੱਟ ਹੈ, ਰਾਈਸ ਵਿੱਚ ਉਸ ਤੋਂ ਵੀ ਘੱਟ ਹੈ। ਇਸ ਤਰ੍ਹਾਂ ਛੋਲਿਆਂ ਦੇ ਜਿਹੜੇ ਭੁੱਜੇ ਹੋਏ ਛੋਲੇ ਕਾਲੇ ਹੁੰਦੇ ਨੇ ਉਹਨਾਂ ਵਿੱਚ ਵੀ ਫੈਟ ਕਾਫੀ ਹੈ, ਜਿਸ ਤਰ੍ਹਾਂ ਕਿ 5.6% ਹੈ, ਜਾਂ ਮੇਜ਼ ਦੇ ਵਿੱਚ ਵੀ ਲਗਭਗ ਇੰਨੀ ਹੈ। ਅਤੇ ਇਸੀ ਤਰ੍ਹਾਂ ਜਿਹੜੀਆਂ ਅਸੀਂ ਕੋਈ ਦਾਲਾਂ ਲੈਂਦੇ ਹਾਂ ਉਹਨਾਂ ਦੇ ਵਿੱਚ ਵੀ ਹਰ ਇੱਕ ਦੇ ਵਿੱਚ ਫੈਟ ਹੁੰਦੀ ਹੈ। ਜੇ ਅਸੀਂ ਨਹੀਂ ਵੀ ਤੜਕਾ ਲਾਉਂਦੇ ਦਾਲ ਨੂੰ ਜਾਂ ਅਸੀਂ ਪਰੌਂਠੀ ਦੇ ਰੂਪ ਵਿੱਚ ਜਾਂ ਚੋਪੜਨ ਦੇ ਰੂਪ ਵਿੱਚ ਫੁਲਕੇ ਦੇ ਉੱਤੇ ਜਾਂ ਚਾਵਲਾਂ ਦੇ ਵਿੱਚ ਨਹੀਂ ਪਾਉਂਦੇ, ਅਸੀਂ ਉਬਲੇ ਚਾਵਲ ਹੀ ਖਾ ਲੈਂਦੇ ਹਾਂ, ਜਾਂ ਅਸੀਂ ਇਸ ਤਰ੍ਹਾਂ ਜੋ ਵੀ ਖਾਂਦੇ ਹਾਂ ਅਨਾਜ ਜਾਂ ਦਾਲਾਂ ਜਾਂ ਡਰਾਈ ਫਰੂਟ ਜਾਂ ਬਿਸਕੁਟ ਹੈ, ਸਨੈਕਸ ਹੈ, ਕਿੰਨਾ ਕੁਝ ਅਸੀਂ ਰੋਜ਼ ਖਾਂਦੇ ਹਾਂ, ਉਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਫੈਟ ਆਪਣੇ ਆਪ ਅੰਦਰ ਚਲੀ ਜਾਂਦੀ ਹੈ ਜਿਹੜੀ ਕਿ ਸਾਨੂੰ ਪਤਾ ਵੀ ਨਹੀਂ ਲੱਗਦੀ। ਉਹ ਜਾਣੀ ਹੀ ਜਾਣੀ ਹੈ, ਇਨਐਵੀਟੇਬਲ ਹੈ, ਉਹ ਜਾਣੀ ਜਾਣੀ ਹੈ। ਜਦੋਂ ਅਸੀਂ ਖਾਣਾ ਹੈ ਕੁਛ ਤਾਂ ਉਹ ਜਾਣਾ ਹੀ ਹੈ ਅੰਦਰ, ਅਤੇ ਉਹਦੇ ਨਾਲ ਜਿਹੜੀ ਉਹਦੇ ਵਿੱਚ ਫੈਟ ਹੈ ਇਨਵਿਜ਼ੀਬਲ ਫੋਰਮ ਦੇ ਵਿੱਚ ਉਹ ਸਾਡੇ ਅੰਦਰ ਚਲੀ ਹੀ ਜਾਣੀ ਹੈ। ਅਤੇ ਬਾਕੀ ਜਿਹੜੀ ਕਮੀ ਰਹਿ ਜਾਂਦੀ ਹੈ ਉਹ ਅਸੀਂ ਆਪਣੀ ਫੈਟ ਦੀ ਪੂਰੀ ਕਰਨੀ ਹੁੰਦੀ ਹੈ, ਉਹਨੂੰ ਅਸੀਂ ਕਹਿੰਦੇ ਹਾਂ ਖੁਰਾਕ ਦੀ ਵਿਜ਼ੀਬਲ ਫੈਟ, ਭਾਵ ਕਿ ਜਿਹੜੀ ਸਾਨੂੰ ਨਜ਼ਰ ਆਉਂਦੀ ਹੈ, ਜਿਹੜੀ ਕਿ ਅਸੀਂ ਘਿਓ ਦੇ ਰੂਪ ਵਿੱਚ ਲੈਣੀ ਹੈ, ਮਲਾਈ ਦੇ, ਤੇਲ ਦੇ ਜਾਂ ਦਹੀਂ ਜਾਂ ਪਨੀਰ ਦੇ ਰੂਪ ਵਿੱਚ ਲੈਣੀ ਹੁੰਦੀ ਹੈ। ਤਾਂ ਇਹ ਜਿਹੜੀ ਵਿਜ਼ੀਬਲ ਫੈਟ ਹੈ, ਸਾਡਾ ਜਿਹੜਾ ਅੱਜ ਦਾ ਟੋਪਿਕ ਹੈ, ਆਪਾਂ ਨੇ ਜੋ ਡਿਸਕਸ ਕਰਨਾ ਹੈ ਕਿ ਸਾਨੂੰ ਕਿਸ ਤਰ੍ਹਾਂ ਦੀ ਫੈਟ ਲੈਣੀ ਚਾਹੀਦੀ ਹੈ, ਕਿੰਨੀ ਫੈਟ ਲੈਣੀ ਚਾਹੀਦੀ ਹੈ, ਕਿਹੜੀ ਫੈਟ ਦੇ ਨੁਕਸਾਨ ਨੇ, ਕਿਹੜੀ ਫੈਟ ਦੇ ਫਾਇਦੇ ਨੇ, ਅੱਜ ਦਾ ਜਿਹੜਾ ਸਾਡਾ ਟੋਪਿਕ ਹੈ ਮੇਨ, ਸਾਨੂੰ ਇਸ ਚੀਜ਼ ਦੀ ਨੌਲੇਜ ਹੋਣੀ ਜ਼ਰੂਰੀ ਹੈ। ਉਹਦੇ ਵਾਸਤੇ ਮੈਂ ਤੁਹਾਨੂੰ ਅੱਜ ਇਸ ਟੋਪਿਕ ਦੇ ਬਾਰੇ ਕੁਛ ਦੱਸਦੀ ਹਾਂ। ਜੋ ਵਿਜ਼ੀਬਲ ਫੈਟ ਅਸੀਂ ਲੈਂਦੇ ਹਾਂ ਉਹ ਕਈ ਰੂਪਾਂ ਦੇ ਵਿੱਚ ਹੁੰਦੀ ਹੈ, ਜਿਸ ਤਰ੍ਹਾਂ ਕਿ ਸੈਚੂਰੇਟਿਡ ਫੈਟ ਹੈ ਅਤੇ ਅਨਸੈਚੂਰੇਟਿਡ ਫੈਟ ਹੈ, ਟਰਾਂਸ ਫੈਟ ਹੈ ਅਤੇ ਕੋਲੈਸਟਰੋਲ ਹੈ। ਹੁਣ ਸੈਚੂਰੇਟਿਡ ਫੈਟ ਕੀ ਹੁੰਦੀ ਹੈ? ਸੈਚੂਰੇਟਿਡ ਫੈਟ ਹੁੰਦੀ ਹੈ ਹਾਈਡਰੋਜਨੇਟਿਡ, ਜਿਹੜੀ ਨੈਚੁਰਲੀ ਹਾਈਡਰੋਜਨੇਟਿਡ ਹੁੰਦੀ ਹੈ, ਸੋਲਿਡ ਹੁੰਦੀ ਹੈ, ਜਿਸ ਤਰ੍ਹਾਂ ਘਿਓ ਹੈ, ਇਹ ਹੈ ਸੈਚੂਰੇਟਿਡ।
ਇਹਦੇ ਵਿੱਚ ਪੂਰੀ ਸੈਚੂਰੇਸ਼ਨ ਹਾਈਡਰੋਜਨ ਦੀ ਹੁੰਦੀ ਹੈ। ਦੂਸਰਾ ਹੈ ਅਨਸੈਚੂਰੇਟਿਡ, ਜਿਹਦੇ ਵਿੱਚ ਹਾਈਡਰੋਜਨ ਬੌਂਡ ਘੱਟ ਹੁੰਦੇ ਨੇ। ਇਹ ਦੋ ਤਰ੍ਹਾਂ ਦੀ ਹੈ, ਇੱਕ ਹੈ ਮੋਨੋ ਅਨਸੈਚੂਰੇਟਿਡ, ਇੱਕ ਹੈ ਪੋਲੀ ਅਨਸੈਚੂਰੇਟਿਡ। ਮੋਨੋ ਅਨਸੈਚੂਰੇਟਿਡ ਨੂੰ ਅਸੀਂ ਕਹਿ ਦਿੰਦੇ ਹਾਂ ਮੂਫਾ, ਅਤੇ ਜਿਹੜੀ ਪੋਲੀ ਅਨਸੈਚੂਰੇਟਿਡ ਹੈ ਉਹਨੂੰ ਅਸੀਂ ਕਹਿ ਦਿੰਦੇ ਹਾਂ ਪੂਫਾ। ਅਤੇ ਜੋ ਟਰਾਂਸ ਫੈਟ ਹੈ ਉਹ ਇਹ ਫੈਟ ਹੈ ਜਿਵੇਂ ਕਿ ਆਪਾਂ ਪ੍ਰੋਸੈਸਡ ਫੂਡ ਹੈ, ਪ੍ਰੀ ਕੁੱਕਡ ਫੂਡ ਹੈ, ਜਿਨ੍ਹਾਂ ਨੂੰ ਅਸੀਂ ਪ੍ਰੀਜ਼ਰਵ ਕਰਕੇ ਰੱਖਦੇ ਹਾਂ, ਜਿਵੇਂ ਫੂਡ ਨੂੰ ਪ੍ਰੀਜ਼ਰਵ ਕਰਨਾ, ਜਿਸ ਤਰ੍ਹਾਂ ਸਮਾਈਲੀ ਹੈ, ਆਲੂ ਦੀਆਂ ਟਿੱਕੀਆਂ ਨੇ, ਜਾਂ ਹੋਰ ਕੋਈ ਭੋਜਨ ਐਸਾ ਹੁੰਦਾ ਹੈ ਜਿਸ ਨੂੰ ਪ੍ਰੀਜ਼ਰਵ ਕਰਕੇ ਰੱਖਣਾ ਹੁੰਦਾ ਹੈ, ਤਾਂ ਉਹ ਕੀ ਕਰਦੇ ਨੇ ਕਿ ਜੋ ਵੈਜੀਟੇਬਲ ਓਇਲਸ ਹੈਗੇ ਨੇ ਉਹਦੀ ਪਾਰਸ਼ਲ ਹਾਈਡਰੋਜੀਨੇਸ਼ਨ ਕਰਕੇ, ਅਤੇ ਉਹਦੇ ਵਿੱਚ ਉਹ ਜਿਹੜੀ ਚੀਜ਼ ਅਸੀਂ ਬਣਾਉਣੀ ਹੈ ਜਿਵੇਂ ਸਮਾਈਲੀ ਬਣਾਉਣੀ ਹੈ, ਉਸ ਦੇ ਉੱਤੇ ਉਹਨੂੰ ਲਗਾ ਦਿੰਦੇ ਹਾਂ ਤਾਂ ਕਿ ਉਹ ਪ੍ਰੀਜ਼ਰਵ ਰਹੇ, ਅਤੇ ਜਿਸ ਵੇਲੇ ਅਸੀਂ ਖਾਣੀ ਹੈ ਉਹਨੂੰ ਗਰਮ ਕਰਦੇ ਹਾਂ ਅਤੇ ਉਹ ਲਿਕੁਇਡ ਫੋਰਮ ਦੇ ਵਿੱਚ ਦੁਬਾਰਾ ਤਬਦੀਲ ਹੋ ਜਾਂਦੀ ਹੈ। ਇਸ ਨੂੰ ਕਹਿੰਦੇ ਨੇ ਟਰਾਂਸ ਫੈਟ। ਇਸ ਤੋਂ ਇਲਾਵਾ ਹੈ ਕੋਲੈਸਟਰੋਲ। ਕੋਲੈਸਟਰੋਲ ਜੋ ਹੈ ਆਮ ਤੌਰ 'ਤੇ ਸਾਡੀ ਬੋਡੀ ਦੇ ਵਿੱਚ ਆਪੇ ਹੀ ਬਣਦੀ ਹੈ, ਸਾਡਾ ਲਿਵਰ ਕੋਲੈਸਟਰੋਲ ਲੋੜੀਂਦੀ ਮਾਤਰਾ ਦੇ ਵਿੱਚ ਬਣਾ ਲੈਂਦਾ ਜੇ ਲਿਵਰ ਸਾਡਾ ਠੀਕ ਕੰਮ ਕਰਦਾ ਹੋਵੇ। ਇਸ ਲਈ ਕੋਲੈਸਟਰੋਲ ਨੂੰ ਬਾਹਰੋਂ ਤੁਹਾਨੂੰ ਖਾਸ ਇਸ ਲਈ ਕਿ ਸਾਨੂੰ ਕੋਲੈਸਟਰੋਲ ਦੀ ਲੋੜ ਹੈ, ਬਾਹਰੋਂ ਲੈਣ ਦੀ ਲੋੜ ਖੁਰਾਕ ਦੇ ਵਿੱਚ ਨਹੀਂ ਹੁੰਦੀ। ਜੇ ਲੈਣੀ ਵੀ ਹੋਏ ਤਾਂ 200 ਤੋਂ 300 ਮਿਲੀਗ੍ਰਾਮ ਤੋਂ ਜ਼ਿਆਦਾ ਨਹੀਂ ਲੈਣੀ ਚਾਹੀਦੀ, ਨਹੀਂ ਤਾਂ ਇਹ ਸਾਨੂੰ ਨੁਕਸਾਨ ਕਰਦੀ ਹੈ। ਹੁਣ ਆਉਂਦੇ ਹਾਂ ਅਸੀਂ ਕਿ ਸਾਨੂੰ ਕਿਹੜੀ ਫੈਟ ਕਿੰਨੀ ਮਾਤਰਾ ਵਿੱਚ ਲੈਣੀ ਚਾਹੀਦੀ ਹੈ। ਹੁਣ ਜੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਿਆ ਸੀ ਕਿ ਸੈਚੂਰੇਟਿਡ ਫੈਟ ਹੈ, ਇਹ ਸੋਲਿਡ ਹੁੰਦੇ ਨੇ ਐਟ ਰੂਮ ਟੈਂਪਰੇਚਰ, ਜਿਸ ਤਰ੍ਹਾਂ ਕਿ ਦੇਸੀ ਘਿਓ ਹੈ। ਦੋ ਸੋਰਸਿਸ ਨੇ, ਇਹਦੇ ਪਲਾਂਟ ਸੋਰਸ ਹੈ, ਐਨੀਮਲ ਸੋਰਸ ਹੈ। ਜੋ ਐਨੀਮਲ ਸੋਰਸ ਹੈ ਉਹਦੇ 'ਚ ਆ ਜਾਂਦੀ ਹੈ ਮੱਖਣ, ਮਲਾਈ, ਘਿਓ, ਦਹੀਂ ਅਤੇ ਪਨੀਰ, ਅਤੇ ਜੋ ਪਲਾਂਟ ਸੋਰਸ ਹੈ ਉਹਦੇ ਵਿੱਚ ਹੈ ਕੋਕੋਨਟ ਓਇਲ। ਹੁਣ ਇਹ ਹੈ ਕਿ ਜਿਹੜੀ ਇਹ ਸਾਡੀ ਸੈਚੂਰੇਟਿਡ ਸਾਡੇ ਓਇਲਸ ਜਾਂ ਸੈਚੂਰੇਟਿਡ ਜਿਹੜੇ ਫੈਟਸ ਹੈਗੇ ਨੇ ਸਾਨੂੰ ਸਰੀਰ ਦੇ ਵਿੱਚ ਬਹੁਤ ਥੋੜ੍ਹੀ ਮਾਤਰਾ ਵਿੱਚ ਚਾਹੀਦੇ ਹੁੰਦੇ ਨੇ। ਯੂ ਕੈਨ ਸੇ ਕਿ ਨੋਰਮਲ ਵੇਟ ਦਾ ਪਰਸਨ ਜਿਹੜਾ ਹੈਗਾ ਉਸਨੂੰ 5 to 10 grams ਜੋ ਹੈ ਉਹ ਮਤਲਬ ਸੈਚੂਰੇਟਿਡ ਫੈਟਸ ਸਫੀਸ਼ੈਂਟ ਹੁੰਦੀਆਂ ਨੇ। ਸੈਚੂਰੇਟਿਡ ਫੈਟਸ ਘਿਓ ਦੇ ਰੂਪ ਵਿੱਚ ਜਦੋਂ ਅਸੀਂ ਲੈਂਦੇ ਹਾਂ ਤਾਂ ਆਪਾਂ ਨੂੰ ਇਹ ਪਤਾ ਕਿ ਇਹ ਕੁਦਰਤੀ ਬਣਿਆ ਹੋਇਆ ਹੈ, ਇਹ ਕੋਈ ਆਰਟੀਫਿਸ਼ਲ ਇਹਨੂੰ ਪ੍ਰੋਸੈਸ ਨਹੀਂ ਕੀਤਾ ਗਿਆ। ਇਹਦੇ ਵਿੱਚ ਬੜੇ ਨਿਊਟ੍ਰੀਐਂਟਸ ਹੁੰਦੇ ਨੇ, ਬੜੇ ਵਿਟਾਮਿਨਸ ਹੁੰਦੇ ਨੇ, ਦਿਸ ਇਜ਼ ਵੈਰੀ ਗੁੱਡ ਫੋਰ ਹੈਲਥ, ਬਟ ਇਫ ਟੇਕਨ ਇਨ ਮੋਡਰੇਸ਼ਨ। ਜੇ ਅਸੀਂ ਜ਼ਿਆਦਾ ਲੈ ਲੈਂਦੇ ਹਾਂ ਤਾਂ ਜਿਹੜੀ ਸਾਡੀ ਯੂਟੀਲਾਈਜ਼ ਨਹੀਂ ਹੋਏਗੀ, 5 to 10 grams ਤੋਂ ਜ਼ਿਆਦਾ ਜੇ ਅਸੀਂ ਮੱਖਣ, ਮਲਾਈ, ਘਿਓ ਸਾਰਾ ਕੁਝ ਕੰਬਾਈਨ ਕਰਕੇ ਜੇ 5 to 10 grams ਤੋਂ ਜ਼ਿਆਦਾ ਸਾਡੇ ਅੰਦਰ ਸੈਚੂਰੇਟਿਡ ਫੈਟ ਜਾਂਦੀ ਹੈ ਤਾਂ ਉਹ ਫਿਰ ਕੋਲੈਸਟਰੋਲ ਦੇ ਵਿੱਚ ਤਬਦੀਲ ਹੋ ਜਾਂਦੀ ਹੈ ਜਾਂ LDL ਦੇ ਵਿੱਚ ਤਬਦੀਲ ਹੁੰਦੀ ਹੈ, ਜਿਹੜੀ ਕਿ ਸਾਡੇ ਹਾਰਟ ਨੂੰ ਨੁਕਸਾਨ ਪਹੁੰਚਾਉਂਦੀ ਹੈ। ਜੇਕਰ ਅਸੀਂ ਥੋੜ੍ਹੀ ਮਾਤਰਾ ਵਿੱਚ ਲੈਂਦੇ ਹਾਂ ਤਾਂ ਇਹਦੇ ਵਿੱਚ ਹਾਰਟ ਦੇ ਪ੍ਰੋਟੈਕਟਿਵ ਫੈਕਟਰਸ ਵੀ ਹੁੰਦੇ ਨੇ, ਪਰ ਜਦੋਂ ਅਸੀਂ ਇਸ ਮਾਤਰਾ ਤੋਂ ਵਧੇਰੇ ਲੈਂਦੇ ਹਾਂ ਤਾਂ ਇਹ ਸਾਨੂੰ ਨੁਕਸਾਨ ਪਹੁੰਚਾਉਂਦੀ ਹੈ, ਸਾਡੇ ਹਾਰਟ ਨੂੰ ਨੁਕਸਾਨ ਪਹੁੰਚਾਉਂਦੀ ਹੈ। ਇਸ ਕਰਕੇ ਸੈਚੂਰੇਟਿਡ ਜਾਂ ਘਿਓ, ਯੂ ਕੈਨ ਸੇ ਦੇਸੀ ਘਿਓ ਜਾਂ ਕੋਕੋਨਟ ਓਇਲ ਜਿਹੜਾ ਸਾਊਥ ਦੇ ਵਿੱਚ ਯੂਜ਼ ਹੁੰਦਾ, ਇਹ 5 to 10 grams ਮਤਲਬ 1 to 2 chamches ਤੋਂ ਜ਼ਿਆਦਾ ਸਾਨੂੰ ਨਹੀਂ ਲੈਣੀ ਚਾਹੀਦੀ। ਭਾਵੇਂ ਅਸੀਂ ਇਸ ਨੂੰ ਪਰੌਂਠੇ ਦੇ ਰੂਪ ਵਿੱਚ ਜਾਂ ਫੁਲਕੇ ਦੇ ਉੱਤੇ ਲਗਾਈਏ ਜਾਂ ਸਬਜ਼ੀ 'ਚ ਪਾਈਏ ਜਾਂ ਚਾਵਲਾਂ, ਜਿਸ ਤਰ੍ਹਾਂ ਮਰਜ਼ੀ ਲਈਏ, ਇਸ ਤੋਂ ਜ਼ਿਆਦਾ ਸਾਨੂੰ ਨਹੀਂ ਲੈਣੀ ਚਾਹੀਦੀ। ਹੁਣ ਜੇ ਅਸੀਂ 5 to 10 grams ਲੈਂਦੇ ਹਾਂ ਸੈਚੂਰੇਟਿਡ ਅਤੇ ਬਾਕੀ ਬਚ ਗਈ ਜਿਹੜੀ ਆਪਾਂ ਨੇ ਮਤਲਬ 30 to 40 grams ਜਿਹੜੀ ਦਿਨ 'ਚ ਲੈਣੀ ਹੈ, ਲਗਭਗ 30 grams ਸਾਨੂੰ ਮਿਨੀਮਮ ਚਾਹੀਦੀ ਹੁੰਦੀ ਹੈ, ਤਾਂ ਉਹ ਅਸੀਂ ਜੋ ਪੂਰੀ ਕਰਨੀ ਹੈ ਉਹ ਅਨਸੈਚੂਰੇਟਿਡ ਓਇਲਸ ਤੋਂ ਪੂਰੀ ਕਰਨੀ ਹੈ। ਅਤੇ ਅਨਸੈਚੂਰੇਟਿਡ ਤੁਹਾਨੂੰ ਮੈਂ ਦੱਸੇ ਨੇ ਦੋ ਤਰ੍ਹਾਂ ਦੇ ਨੇ, ਇੱਕ ਹੈ ਮੂਫਾ ਅਤੇ ਇੱਕ ਹੈ ਪੂਫਾ। ਹੁਣ ਜਿਹੜੇ ਮੋਨੋ ਅਨਸੈਚੂਰੇਟਿਡ ਜਾਂ ਮੂਫਾ ਹੈਗੇ ਨੇ ਉਹ ਸਾਡੀ ਹੈਲਥ ਵਾਸਤੇ ਜ਼ਿਆਦਾ ਅੱਛੇ ਹੁੰਦੇ ਨੇ, ਅਤੇ ਪੂਫਾ ਪੋਲੀ ਅਨਸੈਚੂਰੇਟਿਡ ਜਿਹੜੇ ਨੇ ਉਹ ਕੰਪੈਰੇਟਿਵਲੀ ਜਿਹੜੇ ਨੇ ਆਪਣਾ ਮੋਨੋ ਨਾਲੋਂ ਘੱਟ ਹੈਲਦੀ ਹੁੰਦੇ ਨੇ। ਸੈਚੂਰੇਟਿਡ ਓਇਲਸ ਦੇ ਨਾਲੋਂ ਜਾਂ ਸੈਚੂਰੇਟਿਡ ਫੈਟਸ ਨਾਲੋਂ ਇਹ ਦੋਨੋਂ ਅੱਛੀਆਂ ਹੁੰਦੀਆਂ ਨੇ, ਮੋਨੋ ਵੀ ਅਤੇ ਪੋਲੀ ਵੀ। ਪਰ ਜੇ ਮੋਨੋ ਅਤੇ ਪੋਲੀ ਨੂੰ ਅਸੀਂ ਪੂਫਾ ਅਤੇ ਮੂਫਾ ਨੂੰ ਕੰਪੇਅਰ ਕਰੀਏ ਤਾਂ ਮੂਫਾ ਓਇਲਸ ਜਿਹੜੇ ਨੇ ਉਹ ਸਾਡੀ ਸਿਹਤ ਵਾਸਤੇ ਬਹੁਤ ਪੋਲੀ ਨਾਲੋਂ ਬੈਟਰ ਹੁੰਦੇ ਨੇ। ਜਿਹੜੇ ਸਾਡਾ ਪ੍ਰਿੰਸੀਪਲਸ ਆਫ ਫੈਟ ਇਨਟੇਕ ਹੈ ਉਹ ਇੱਕ ਤਾਂ ਮੈਂ ਤੁਹਾਨੂੰ ਦੱਸ ਦਿੱਤਾ ਹੈ ਕਿ ਸੈਚੂਰੇਟਿਡ ਫੈਟ ਜਿਹੜੀ ਇਟ ਸ਼ੁੱਡ ਨੋਟ ਬੀ ਮੋਰ ਦੈਨ 10 grams ਪਰ ਡੇ,
ਅਤੇ ਇਸੀ ਤਰ੍ਹਾਂ ਜੇ ਆਪਾਂ ਇਹ ਦੇਖੀਏ ਕਿ ਜਿਹੜੀ ਸਾਡੀ ਹੈ ਅਨਸੈਚੂਰੇਟਿਡ ਹੈ, ਮੋਨੋ ਅਨਸੈਚੂਰੇਟਿਡ ਹੈ, ਪੋਲੀ ਅਨਸੈਚੂਰੇਟਿਡ ਹੈ, ਦੋਨੋਂ ਮਿਲਾ ਕੇ ਇਹ ਸਾਡੀਆਂ ਜਿਹੜੀਆਂ ਹੈਗੀਆਂ ਨੇ, ਮੋਨੋ ਅਨਸੈਚੂਰੇਟਿਡ ਜਿਹੜੀ ਹੈ 20-25 ਗ੍ਰਾਮ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ, ਅਤੇ ਜਿਹੜੀ ਪੋਲੀ ਅਨਸੈਚੂਰੇਟਿਡ ਹੈ ਇਹ 10-15 ਗ੍ਰਾਮ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ। ਅਤੇ ਹੁਣ ਜੇ ਅਸੀਂ ਦੇਖੀਏ ਕਿ ਇਹਨਾਂ ਵਿੱਚ ਸਾਨੂੰ ਜਿਹੜੀ ਇਹ ਅਸੀਂ ਅੱਗੋਂ ਮੋਨੋ ਅਨਸੈਚੂਰੇਟਿਡ ਅਤੇ ਪੋਲੀ ਅਨਸੈਚੂਰੇਟਿਡ ਓਇਲਸ ਨੇ ਉਹਨਾਂ ਦੀ ਆਪਾਂ ਸਿਲੈਕਸ਼ਨ ਕਰਨੀ ਹੈ ਤਾਂ ਕਿਸ ਬੇਸ ਉੱਤੇ ਕਰਨੀ ਹੈ? ਆਪਾਂ ਸਾਰਿਆਂ ਨੂੰ ਪਤਾ ਹੈ ਕਿ ਫੈਟ ਦੇ ਵਿੱਚ ਜਿਹੜਾ ਇਹਨਾਂ ਦਾ ਬੇਸਿਕ ਤੱਤ ਹੁੰਦਾ ਉਹਨੂੰ ਅਸੀਂ ਕਹਿੰਦੇ ਹਾਂ ਫੈਟੀ ਐਸਿਡਸ। ਬਹੁਤ ਸਾਰੇ ਫੈਟੀ ਐਸਿਡਸ ਹੁੰਦੇ ਨੇ ਫੈਟਸ ਦੇ ਵਿੱਚ ਜਿਹੜੇ ਸਾਡੀ ਸਿਹਤ ਲਈ ਜ਼ਰੂਰੀ ਨੇ, ਅਤੇ ਇਹਨਾਂ ਵਿੱਚੋਂ ਦੋ ਜਿਹੜੇ ਸਭ ਤੋਂ ਜ਼ਿਆਦਾ ਜ਼ਰੂਰੀ ਨੇ ਉਹ ਹੈਗੇ ਨੇ ਓਮੇਗਾ 3 ਫੈਟੀ ਐਸਿਡਸ ਅਤੇ ਓਮੇਗਾ 6 ਫੈਟੀ ਐਸਿਡਸ। ਜੋ ਓਮੇਗਾ 3 ਵੀ ਸਾਡੇ ਲਈ ਜ਼ਰੂਰੀ ਹੈ ਅਤੇ ਓਮੇਗਾ 6 ਵੀ ਸਾਡੇ ਲਈ ਜ਼ਰੂਰੀ ਹੈ। ਓਮੇਗਾ 3 ਸਾਡੇ ਹਾਰਟ ਦੀ ਫੰਕਸ਼ਨਿੰਗ ਲਈ, ਬ੍ਰੇਨ ਦੀ ਫੰਕਸ਼ਨਿੰਗ ਲਈ ਅਤੇ ਆਈਜ਼ ਦੀ ਫੰਕਸ਼ਨਿੰਗ ਲਈ ਜ਼ਰੂਰੀ ਹੈ। ਅਤੇ ਜੋ ਓਮੇਗਾ 6 ਫੈਟੀ ਐਸਿਡਸ ਨੇ ਉਹ ਸਾਡੀ ਸਕਿਨ ਦੀ ਹੈਲਥ ਲਈ, ਸੈੱਲ ਮੈਟਾਬੋਲਿਜ਼ਮ ਅਤੇ ਬਾਕੀ ਸਰੀਰ ਦੇ ਹੋਰ ਕੰਮ ਜਿਹੜੇ ਨੇ ਉਹਨਾਂ ਦੇ ਵਿੱਚ ਸਾਨੂੰ ਜ਼ਰੂਰੀ ਹੈ। ਇਸ ਲਈ ਸਾਡੀ ਖੁਰਾਕ ਦੇ ਵਿੱਚ ਓਮੇਗਾ 3 ਫੈਟੀ ਐਸਿਡਸ ਵੀ ਹੋਣੇ ਚਾਹੀਦੇ ਨੇ ਅਤੇ ਓਮੇਗਾ 6 ਫੈਟੀ ਐਸਿਡਸ ਵੀ ਹੋਣੇ ਚਾਹੀਦੇ ਨੇ। ਓਮੇਗਾ 3 ਫੈਟੀ ਐਸਿਡ ਜਿਹੜੇ ਨੇ ਉਹ DHA ਦੇ ਵਿੱਚ ਬਦਲ ਜਾਂਦੇ ਨੇ ਜਦੋਂ ਇਹ ਐਕਟਿਵ ਫੋਰਮ ਹੁੰਦੀ ਹੈ ਇਹਨਾਂ ਦੀ, DHA ਕਹਿੰਦੇ ਹਾਂ। DHA ਜਿਹੜੀ ਹੈ ਅੱਖਾਂ ਦੀ ਹੈਲਥ ਲਈ ਅਤੇ ਬ੍ਰੇਨ ਦੀ ਹੈਲਥ ਲਈ ਬਹੁਤ ਜ਼ਰੂਰੀ ਹੈ ਅਤੇ ਅਸੀਂ ਇਹ ਦੇਖਦੇ ਵੀ ਹਾਂ ਕਿ ਜਿਨ੍ਹਾਂ ਦੇ ਵਿੱਚ DHA ਦੀ ਕਮੀ ਹੋ ਜਾਂਦੀ ਹੈ ਉਹਨਾਂ ਪੇਸ਼ੈਂਟਸ ਨੂੰ ਡਿਪਰੈਸ਼ਨ ਦੀ ਬਿਮਾਰੀ ਵੀ ਆ ਘੇਰਦੀ ਹੈ, ਕਿਉਂਕਿ ਬ੍ਰੇਨ ਦੀ ਫੰਕਸ਼ਨਿੰਗ ਵਾਸਤੇ DHA ਜੋ ਹੈ ਬਹੁਤ ਜ਼ਰੂਰੀ ਹੈ। ਓਮੇਗਾ 3 ਅਤੇ ਓਮੇਗਾ 6 ਸਾਨੂੰ ਖੁਦ ਆਪਣੀ ਬੋਡੀ ਦੇ ਵਿੱਚ ਆਪਣੇ ਆਪ ਨਹੀਂ ਬਣ ਸਕਦੇ। ਜੇ ਬਾਕੀ ਫੈਟੀ ਐਸਿਡਸ ਦੀ ਕਮੀ ਰਹਿ ਜਾਂਦੀ, ਹੋਰ ਜਿਹੜੇ ਅਨੇਕਾਂ ਫੈਟੀ ਐਸਿਡਸ ਹੁੰਦੇ ਨੇ ਇਹਨਾਂ ਫੈਟਸ ਦੇ ਵਿੱਚ, ਉਹਨਾਂ ਵਿੱਚੋਂ ਜੇ ਕਿਸੇ ਦੀ ਕੋਈ ਕਮੀ ਰਹਿ ਜਾਏਗੀ ਤਾਂ ਉਹ ਸਾਡੇ ਸਰੀਰ ਦੇ ਵਿੱਚ ਆਪਣੇ ਆਪ ਬਣ ਜਾਂਦੇ ਨੇ ਅਤੇ ਸਾਡੀ ਜੋ ਕਮੀ ਹੈ ਉਹ ਬਾਕੀ ਦੇ ਤੱਤਾਂ ਤੋਂ, ਜਿਵੇਂ ਆਪਾਂ ਖੁਰਾਕ ਦੇ ਵਿੱਚ ਕਣਕ ਜਿਵੇਂ ਦੱਸਿਆ ਤੁਹਾਨੂੰ ਉਹਦੇ 'ਚ ਫੈਟ ਹੁੰਦੀ ਹੈ, ਉਹਨਾਂ ਵਿੱਚੋਂ ਓਮੇਗਾ 3 ਅਤੇ ਓਮੇਗਾ 6 ਨਹੀਂ ਬਣਦੇ। ਬਾਕੀ ਦੇ ਫੈਟੀ ਐਸਿਡਸ ਜਿਹੜੇ ਨੇ ਉਹ ਬਣ ਜਾਂਦੇ ਨੇ। ਲਿਵਰ ਕੈਨ ਮੇਕ ਅਦਰ ਫੈਟੀ ਐਸਿਡਸ ਫਰੋਮ ਡਾਇਟ ਬਟ ਨੋਟ ਓਮੇਗਾ 3 ਐਂਡ ਓਮੇਗਾ 6। ਇਸ ਕਰਕੇ ਜਿਹੜਾ ਵੀ ਅਸੀਂ ਤੇਲ ਲੈਣਾ ਹੈ, ਮੋਨੋ ਅਨਸੈਚੂਰੇਟਿਡ ਚਾਹੇ ਪੋਲੀ ਅਨਸੈਚੂਰੇਟਿਡ, ਉਸ ਦੇ ਵਿੱਚ ਓਮੇਗਾ 3 ਫੈਟੀ ਐਸਿਡਸ ਵੀ ਹੋਣੇ ਚਾਹੀਦੇ ਨੇ ਅਤੇ ਓਮੇਗਾ 6 ਫੈਟੀ ਐਸਿਡਸ ਵੀ ਹੋਣੇ ਚਾਹੀਦੇ ਨੇ। ਹੁਣ ਸਾਡੀ ਇੰਡੀਅਨ ਡਾਇਟ ਹੈ ਜੋ ਅਸੀਂ ਲੈਂਦੇ ਹਾਂ, ਤੇਲ ਅਸੀਂ ਲੈਂਦੇ ਹਾਂ, ਘਿਓ ਖਾਂਦੇ ਹਾਂ, ਮਲਾਈ ਖਾਂਦੇ ਹਾਂ, ਸਾਡੀ ਫੈਟ ਕਾਫੀ ਜ਼ਿਆਦਾ ਹੈ ਖਾਸ ਕਰਕੇ ਪੰਜਾਬੀਆਂ ਦੀ ਖੁਰਾਕ ਦੇ ਵਿੱਚ, ਤਾਂ ਉਹਦੇ ਵਿੱਚ ਸਾਡੀ ਕੀ ਡਿਫੈਕਟ ਕੀ ਹੈ ਕਿ ਇਹ ਜੋ ਰੇਸ਼ੋ ਇੱਕ ਹੈ ਓਮੇਗਾ 3 ਅਤੇ ਓਮੇਗਾ 6 ਫੈਟੀ ਐਸਿਡਸ ਦੀ ਵੀ, ਉਹ ਵੀ ਇੱਕ ਆਈਡੀਅਲ ਰੇਸ਼ੋ ਜੋ ਹੋਣੀ ਚਾਹੀਦੀ ਹੈ ਉਹ ਸਾਡੀ ਖੁਰਾਕ ਵਿੱਚ ਨਹੀਂ ਹੈ। ਹੈਗੀਆਂ ਦੋਨੋਂ ਨੇ, ਜਿੰਨੇ ਅਸੀਂ ਤੇਲ ਖਾਂਦੇ ਹਾਂ, ਸਰੋਂ ਦਾ ਤੇਲ ਹੈ, ਗਰਾਊਂਡਨਟ ਓਇਲ ਹੈ ਜਾਂ ਹੋਰ ਕੋਕੋਨਟ ਓਇਲ ਹੈ, ਜਿੰਨੇ ਵੀ ਓਇਲਸ ਨੇ ਉਹਨਾਂ 'ਚ ਓਮੇਗਾ 6 ਓਮੇਗਾ 3, ਕੋਕੋਨਟ ਵਿੱਚ ਤਾਂ ਸਿਰਫ ਓਮੇਗਾ 6 ਹੀ ਹੁੰਦਾ ਪਰ ਬਾਕੀਆਂ ਦੇ ਵਿੱਚ ਓਮੇਗਾ 3 ਓਮੇਗਾ 6 ਦੋਨੋਂ ਹੁੰਦੇ ਹਨ। ਪਰ ਜਿਸ ਮਾਤਰਾ ਦੇ ਵਿੱਚ ਅਸੀਂ ਜਿਸ ਤਰੀਕੇ ਦੇ ਨਾਲ ਇੰਡੀਅਨ ਖੁਰਾਕ ਹੈ ਉਹਦੇ ਨਾਲ ਕੀ ਹੈ ਕਿ ਜੋ ਰੇਸ਼ੋ ਹੈ ਉਹ ਜੋ ਪ੍ਰੋਪਰ ਆਈਡੀਅਲ ਰੇਸ਼ੋ ਹੈ ਉਹ ਮੇਨਟੇਨ ਨਹੀਂ ਹੁੰਦੀ। ਜੋ ਆਈਡੀਅਲ ਰੇਸ਼ੋ ਹੈ ਓਮੇਗਾ 3 ਅਤੇ ਓਮੇਗਾ 6 ਦੀ, ਓਮੇਗਾ 6 5 ਹਿੱਸੇ ਅਤੇ ਓਮੇਗਾ 3 1 ਹਿੱਸਾ ਹੋਣੀ ਚਾਹੀਦੀ ਹੈ। ਓਮੇਗਾ 6 5 ਤੋਂ 10 ਮੈਕਸੀਮਮ 10, ਅਤੇ ਜੋ ਓਮੇਗਾ 3 ਹੈ 1, ਇਹ ਰੇਸ਼ੋ ਹੋ ਗਈ। ਪਰ ਜੋ ਅਸੀਂ ਖਾਂਦੇ ਹਾਂ ਉਹਦੇ 'ਚ ਕਿਹੜੀ ਰੇਸ਼ੋ ਹੈ? ਓਮੇਗਾ 6 ਇਜ਼ 30-70 ਐਂਡ ਓਮੇਗਾ 3 ਇਜ਼ 1। ਦੈਟ ਮੀਨਸ 5:1 ਦੀ ਜਗ੍ਹਾ 'ਤੇ 30:1 ਹੈ। ਜਦੋਂ ਓਮੇਗਾ 6 ਦੀ ਰੇਸ਼ੋ 30:1 30 ਹੈ ਓਮੇਗਾ 6 ਅਤੇ ਓਮੇਗਾ 3 1, ਤਾਂ ਓਮੇਗਾ 6 ਦੀ ਬਹੁਤਾਤ ਹੋ ਜਾਂਦੀ ਹੈ ਜਿਹੜੀ ਕਿ ਨੁਕਸਾਨਦਾਇਕ ਹੈ। ਇਹਦੇ ਨਾਲ ਸਾਨੂੰ ਹਾਰਟ ਦੀਆਂ ਪ੍ਰੋਬਲਮਸ ਹੁੰਦੀਆਂ ਨੇ, ਇਹ ਜਿਹੜੀ ਸਾਡੀ ਚਰਬੀ ਹੈ ਇਹ ਜੰਮ ਜਾਂਦੀ ਹੈ ਜਾ ਕੇ ਨਸਾਂ ਦੇ ਵਿੱਚ, ਬਲੱਡ ਪ੍ਰੈਸ਼ਰ ਵੱਧ ਜਾਂਦਾ ਅਤੇ ਹਾਰਟ ਦੀ ਪ੍ਰੋਬਲਮ ਹੋ ਜਾਂਦੀ ਹੈ। ਇਸ ਕਰਕੇ ਜਦੋਂ ਵੀ ਅਸੀਂ ਤੇਲ ਦੀ ਸਿਲੈਕਸ਼ਨ ਕਰਨੀ ਹੈ, ਚਾਹੇ ਉਹ ਮੂਫਾ ਹੋਏ ਚਾਹੇ ਪੂਫਾ ਹੋਏ, ਆਪਾਂ ਨੂੰ ਇਹ ਦੇਖਣਾ ਬਣਦਾ ਹੈ ਕਿ ਕਿਹਦੇ ਵਿੱਚ
ओमेगा 3 किन्नी है ते ओमेगा 6 किन्नी है उहदे हिसाब नाल सानू लैनी चाहीदी है। जिस तरह फॉर एग्जाम्पल मैं तुहानू दस दिंदी हाँ कि जिवें सोयाबीन का तेल है उहदी ओमेगा 6 टू ओमेगा 3 रेशो इज 7.2:1 दैट मीनस ये ठीक है 5 तो 10 विच चाहीदी है तो यह 7.2 है। इसी तरह जो ऑलिव ऑयल है उसकी लगभग 10 के नेड़े हैगी है 10:11:1 इसलिए ऑलिव ऑयल भी ठीक है सोयाबीन ऑयल भी ठीक है। आपां देसी घ्यो जिवें लै लिया 5 to 10 grams तो हुण यह जिहड़े हैगे ने सोयाबीन ऑयल तो दूसरा मैं तुहानू दस्सिया ऑलिव ऑयल इन्हां दी रेशो जिहड़ी है ये अनसैचुरेटिड ऑयल्स हैगे ने ये असी कंबाइन कर सकते हैं। ये भावें तुसीं सोयाबीन का लै लवो चाहे तुसीं अपना ऑलिव ऑयल लै लो ये तुहाडी जिहड़ी ओमेगा 6:3 रेशो जिहड़ी है उसनों मेनटेन कर सकते हैं। तो इसी तरह जो कनोला ऑयल है जिवें हुण सपोज आपां कहिंदे आ कि साडी खुराक दे विच ओमेगा 6 ज़्यादा है तो ओमेगा 3 घट है तो जे असीं ये सोचिए कि आपां ओमेगा 6 ते सानू घ्यो तो मिल जाना है तो आपां ज़्यादा ओमेगा 3 वाले जिहड़ा ऑयल है वह लै लईए तो एक मोनोसैचुरेटिड तो दूसरा ओमेगा 3 ज़्यादा होवे साडी जे ये चॉइस होए तो फिर कनोला ऑयल इज़ बेस्ट। फिर असी कनोला ऑयल लै लीए तो घ्यो लै लीए तो दैट विल बी डूइंग फॉर सर्विंग आवर परपज। हुण जे साडे अपना देखदे हाँ कि होर खाण वाली चीज़ा ने जिस तरह आपां सपोजिंग तेल बहुता नहीं यूज़ करना चाहते 5 to 10 grams तुसीं घ्यो रोज़ लैंदे हो तो तुहानूं बाकी कि चीज़ के ओमेगा 3 मिल सकता है वह हैगा अखरोट है अलसी है चिया सीड्स हैं तो फिश ऑयल जिवें अगे बच्चों नूं मच्छी का तेल जरूर देंदे सी कि दिमाग वास्ते चंगा हुंदा उहदे बिहाइंड रीज़न यही सीगा कि इन्दे विच ओमेगा 3 है तो यह मोनो अनसैचुरेटिड है मोनो अनसैचुरेटिड घट नुकसान पहुँचाती है बॉडी नूं तो ओमेगा 3 की साडी डाइट विच ऑलरेडी कमी हुंदी है तो असीं जदों मच्छी का तेल बच्चों नूं देंदे आ तो ओमेगा 3 की कमी पूरी हो जाती है तो अखां लई भी ठीक है तो ब्रेन की डिवेलपमेंट लई भी ठीक है। इस करके जे असी मतलब जे ऑयल की बहुती यूज़ नहीं करनी तो बॉयल्ड जिस तरह सब्जियां लेनिया ने दाल नू तड़का नहीं लगाना परौंठा नहीं खाना फुलका नहीं चोपड़ना या किसी भी तरह असी यूज़ करना नहीं चाहते तो देसी घ्यो दे नाल सानू फिर अखरोट लै लेना चाहिए सानू चिया सीड्स अलसी थोड़ी जी लै लेनी चाहिए है या फिश ऑयल लै लेना चाहिए तो जेडे अपने साउथ के जेडे साडे भैन भरा रहिंदे ने वह मछली खाते हैं सी फूड्स खाते हैं तो उन्होंने ओमेगा 3 अपने आप ही प्राप्त हो जाती है कोकोनट तो उन्होंने ओमेगा 6 मिल जाता है तो फिश तो ओमेगा 3 मिल जाता है तो उन्होंने रिक्वायरमेंट पूरी हो जाती है भावें वह देसी घ्यो भी ना लैन कोकोनट तो अपना नाल लै लैन अपना फिश ऑयल लै लैन वो नाल सफिशेंट हो जाता है। इसी तरह जे आप सोचिए कि आप जे घ्यो नहीं लैना तो ओमेगा 6 भी तो सानू जरूरी है वो कमी असी कितों पूरी करनी है मोनो अनसैचुरेटिड ओमेगा 6 जी सू कि पूरी होंगी है ड्राई फ्रूट्स तो नट्स हैं जिस तरह एलमेंट्स हैं पीनट्स हैं तो सीड्स जिमें मगज़ हैं अगे साड़ी डाइट के मगज़ होंगे सके तो असी बदम भी रोज़ खाते ही जे असी खाते हुई है तो सानू कोई ओमेगा 6 की कमी नहीं होएगी तो जे असी अखरोट लेंदे हाँ अलसी लेंदे हाँ या चिया सीड्स लेंदे हाँ तो फिर सानू ओमेगा 3 की कमी नहीं होएगी। जे असी इन्हां चीज़ों की वरतों प्रोपर अमाउंट करते हैं तो भावें दूजे तेल जिहड़े ने असी बहुत ही घट मात्रा में लै लीए तो भी साडी कमी पूरी हो सकती है सफिशेंट हो जाता है। इस करके सानू जदों भी असी अपनी सिलैक्शन करनी है कि असी तेल किहड़ा लैना है तो एक तो यह देखना है कि वह मोनो अनसैचुरेटिड होए दूजा है कि ओमेगा 3 भी होए उहदे विच ओमेगा 6 भी होए तो उन्हां दी रेशो जिहड़ी हैगी है इट शुड नॉट बी मोर दैन 10:1 जिस तरह तुसीं ऑलिव ऑयल लै लो या सोया लै लो तो होर नाल देसी घ्यो लै लो दैट विल बी सफिशेंट। तो इसी तरह हुण जिवें साडी इंडियन डाइट है या पंजाबी डाइट है उहदे च असीं सरों दा तेल वरतदे हां सरों के तेल दे विच तीनों ही फैट्स हुंदियां ने सैचुरेटिड भी हुंदी है मोनो अनसैचुरेटिड भी है पॉली अनसैचुरेटिड भी है तो इहदे च ओमेगा भी है फिर जे असी कल्ला सरसों दे नाल साद सकदे होईए तां वी कोई इहो जी गल नहीं है थोड़ा बहुता तो साडा देसी घ्यो जां दुध असी पीना है उहदे विचों सानूं चला ही जाणा तो इसी तरह साडी जिहड़ी इंडियन डाइट है जां पंजाबी डाइट है उहदे च बदाम जिहड़े ने शुरू तों ही साडे बहुत इंपोर्टेंट चीज़ रही है बच्चों नूं भी असी बदाम खवाउंदे हां आप भी असी पर्टिकुलर होंदे हां कि थोड़े जे बदाम सानू रोज़ खा लेने चाहिए ने ये भी बड़ी अच्छी आदत है
ਇੱਕ ਦੇ 'ਚ ਕੀ ਹੈ ਕਿ ਐਲਮੰਡ ਆਇਲ ਜਿਹੜਾ ਹੈਗਾ ਜਾਂ ਐਲ ਬਦਾਮ ਰੋਗਨ ਜਿਹਨੂੰ ਕਹਿੰਦੇ ਆ ਜਾਂ ਤੁਸੀਂ ਬਦਾਮ ਹੀ ਖਾਂਦੇ ਹੋ ਤਾਂ ਉਹਦੇ ਵਿੱਚ ਮੋਨੋ ਅਨਸੈਚੁਰੇਟਿਡ ਆਇਲਸ ਹੁੰਦੇ ਨੇ ਅਤੇ ਇਹ ਆਇਲਸ ਜਿਹੜੇ ਨੇ ਇਹ ਸਾਡੀ ਸਿਹਤ ਵਾਸਤੇ ਚੰਗੇ ਨੇ ਅਤੇ ਇਸ ਤੋਂ ਇਲਾਵਾ ਇਹਦੀ ਜਿਹੜੀ ਇੱਕ ਹੋਰ ਇੰਪੋਰਟੈਂਟ ਪੁਆਇੰਟ ਹੈ ਕਿ ਇੱਕ ਅਮਾਈਨੋ ਐਸਿਡ ਹੁੰਦਾ ਉਹ ਹੈ ਆਰਜੀਨਿਨ ਉਹ ਇਹਦੇ ਵਿੱਚ ਕਾਫੀ ਮਾਤਰਾ ਵਿੱਚ ਹੁੰਦਾ ਹੈ ਅਤੇ ਉਹ ਜਿਹੜਾ ਹੈ ਕੋਲੈਸਟਰੋਲ ਨੂੰ ਘਟਾਉਂਦਾ ਇਸ ਲਈ ਜੋ ਐਲਮੰਡ ਹੈ ਸਾਡੀ ਸਿਹਤ ਵਾਸਤੇ ਚੰਗਾ ਹੈ ਅਤੇ ਇਹਦੇ 'ਚ ਓਮੇਗਾ 3 ਫੈਟੀ ਐਸਿਡਸ ਵੀ ਹੁੰਦੇ ਨੇ DHA ਵੀ ਹੁੰਦਾ ਇਸ ਕਰਕੇ ਇਹ ਬ੍ਰੇਨ ਦੇ ਵਾਸਤੇ ਬਹੁਤ ਅੱਛਾ ਹੈ ਓਮੇਗਾ 3 ਫੈਟੀ ਐਸਿਡਸ ਇਟ ਇਜ਼ ਰਿਚ ਇਨ ਓਮੇਗਾ 3 DHA ਇਸ ਲਈ ਬ੍ਰੇਨ ਦੀ ਫੰਕਸ਼ਨਿੰਗ ਵਾਸਤੇ ਬਦਾਮ ਬਹੁਤ ਚੰਗੇ ਨੇ ਅਤੇ ਬਾਕੀ ਤਾਂ ਮੈਂ ਤੁਹਾਨੂੰ ਦੱਸਿਆ ਹੀ ਹੈ ਕਿ ਡਿਪਰੈਸ਼ਨ ਜਦੋਂ ਹੁੰਦੀ ਹੈ ਉਹਨੂੰ ਤੁਸੀਂ DHA ਦਿੰਦੇ ਹਾਂ ਤਾਂ ਠੀਕ ਹੋ ਜਾਂਦੀ ਹੈ ਅਤੇ ਕਿਉਂ ਨਾ ਉਹਨੂੰ ਥੋੜ੍ਹੇ ਜਿਹੇ ਬਦਾਮ ਹੀ ਰੋਜ਼ ਖਵਾ ਦਿਓ ਜਿਹੜਾ ਪੇਸ਼ੈਂਟ ਡਿਪਰੈਸ਼ਨ ਦਾ ਹੈ ਉਸ ਨੂੰ ਬਦਾਮ ਖਵਾ ਦੇਣੇ ਚਾਹੀਦੇ ਨੇ ਹੁਣ ਕਿੰਨੇ ਕੁ ਖਾਣੇ ਚਾਹੀਦੇ ਨੇ 15 ਤੋਂ 20 ਬਦਾਮ ਰੋਜ਼ ਖਾ ਲਵੇ ਕਿਸੇ ਵੀ ਫਾਰਮ ਦੇ ਵਿੱਚ ਖਾ ਲਓ ਭਿਉਂ ਕੇ ਖਾ ਲਓ ਜਾਂ ਸਰਦੀਆਂ ਵਿੱਚ ਵੈਸੇ ਹੀ ਖਾ ਲਓ ਜਾਂ ਉਹਦਾ ਪਾਊਡਰ ਬਣਾ ਕੇ ਕਿਸੇ ਤਰ੍ਹਾਂ ਦੁੱਧ ਵਿੱਚ ਜਿਵੇਂ ਅੱਗੇ ਦਿੰਦੇ ਹੁੰਦੇ ਸੀ ਆਪਾਂ ਦੁੱਧ ਬਦਾਮ ਸਾਡੀ ਬੜੀ ਇੱਕ ਅੱਛੀ ਡਿਸ਼ ਗਿਣੀ ਗਈ ਹੈ ਦੁੱਧ ਬਦਾਮ ਦਿਓ ਅਤੇ ਇਹਦੇ ਵਿੱਚ ਓਮੇਗਾ 3 ਹੈ ਦੁੱਧ ਵਿੱਚ ਓਮੇਗਾ 6 ਹੈ ਸਾਰਾ ਕੁਝ ਪੂਰਾ ਹੋ ਜਾਂਦਾ ਇਹ ਸਾਡੇ ਜਿਹੜੀਆਂ ਪੁਰਾਣੀਆਂ ਡਾਇਟਰੀ ਜੋ ਸਾਡੇ ਰਵਾਇਤਾਂ ਬਣੀਆਂ ਹੋਈਆਂ ਸੀ ਉਹ ਐਕਸਪੀਰੀਅੰਸ ਬੇਸਡ ਸਨ ਭਾਵੇਂ ਉਹਨਾਂ ਨੂੰ ਡਿਟੇਲ ਨਹੀਂ ਸੀ ਪਤਾ ਕਿ ਓਮੇਗਾ 3 ਕੀ ਹੁੰਦਾ ਅਤੇ ਓਮੇਗਾ 6 ਕੀ ਹੁੰਦਾ ਸੈਚੂਰੇਟਿਡ ਕੀ ਹੈ ਅਨਸੈਚੂਰੇਟਿਡ ਕੀ ਹੈ ਬਟ ਬਾਏ ਐਕਸਪੀਰੀਅੰਸ ਉਹਨਾਂ ਨੂੰ ਇਹ ਪਤਾ ਸੀ ਕਿ ਬਦਾਮ ਸਾਡੇ ਲਈ ਬਹੁਤ ਚੰਗੇ ਨੇ ਥੋੜ੍ਹਾ ਬਹੁਤ ਦੇਸੀ ਘਿਓ ਵੀ ਲੈਣਾ ਚਾਹੀਦਾ ਆਪਾਂ ਕਹਿ ਤਾਂ ਦਿੰਦੇ ਹਾਂ ਪਿੰਡਾਂ ਵਾਲੇ ਦੇਸੀ ਘਿਓ ਖਾਂਦੇ ਨੇ ਉਹਨਾਂ ਨੂੰ ਕੁਛ ਨਹੀਂ ਹੁੰਦਾ ਪਰ ਇਹ ਦੇਖੋ ਕਿੰਨਾ ਕੁ ਖਾਂਦੇ ਨੇ ਉਹ ਫੁਲਕੇ ਤਾਂ ਸੁੱਕੇ ਹੀ ਖਾਂਦੇ ਨੇ ਈਵਨ ਜੇ ਮੱਕੀ ਦੀ ਅਸੀਂ ਰੋਟੀ ਬਣਾਉਂਦੇ ਹਾਂ ਸ਼ਹਿਰ ਦੇ ਵਿੱਚ ਬਣਾਉਂਦੇ ਹਾਂ ਅਤੇ ਉੱਪਰ ਤੇਲ ਲਗਾ ਕੇ ਬਣਾਉਂਦੇ ਹਾਂ ਅਤੇ ਪਿੰਡਾਂ ਦੇ ਵਿੱਚ ਉਹ ਸੁੱਕੀ ਬਣਾਉਂਦੇ ਨੇ ਅਤੇ ਇਸੇ ਤਰ੍ਹਾਂ ਉਹਨਾਂ ਦੀ ਬਾਕੀ ਫੈਟ ਇਨਟੇਕ ਬਹੁਤ ਘੱਟ ਹੁੰਦੀ ਹੈ ਇਸ ਕਰਕੇ ਉਹ ਦੇਸੀ ਘਿਓ ਦੇ ਨਾਲ ਜਿਵੇਂ ਬਦਾਮ ਲੈ ਲਿਆ ਜਾਂ ਮੂੰਗਫਲੀ ਲੈ ਲਈ ਜਾਂ ਸਰ੍ਹੋਂ ਦਾ ਤੇਲ ਲੈ ਲਿਆ ਜਾਂ ਗਰਾਊਂਡਨਟ ਆਇਲ ਲੈ ਲਿਆ ਇਹ ਚੀਜ਼ਾਂ ਉਹ ਲੈਂਦੇ ਹੀ ਸਨ ਅਤੇ ਉਹ ਚੀਜ਼ਾਂ ਬਾਕੀ ਕਮੀਆਂ ਨੂੰ ਪੂਰੀਆਂ ਕਰ ਦਿੰਦੀਆਂ ਅਤੇ ਨਾਲ ਉਹਨਾਂ ਦਾ ਜਿਹੜਾ ਲਾਈਫ ਸਟਾਈਲ ਜਿਹੜਾ ਐਕਟਿਵ ਹੁੰਦਾ ਸੀ ਇਸ ਤਰੀਕੇ ਨਾਲ ਸਾਨੂੰ ਇਹ ਸੋਚ ਸਮਝ ਕੇ ਸਾਨੂੰ ਸੈਚੂਰੇਟਿਡ ਮੋਨੋ ਅਨਸੈਚੂਰੇਟਿਡ ਅਤੇ ਪੋਲੀ ਅਨਸੈਚੂਰੇਟਿਡ ਦੀ ਮਾਤਰਾ ਜਿਹੜੀ ਹੈ ਉਹ ਸੋਚ ਸਮਝ ਕੇ ਉਹਨਾਂ ਦੀ ਟਾਈਪਸ ਅਤੇ ਮਾਤਰਾ ਜਿਹੜੀ ਹੈ ਸੋਚ ਸਮਝ ਕੇ ਲੈਣੀ ਚਾਹੀਦੀ ਹੈ ਵੈਸੇ ਜੇ ਆਪਾਂ ਮਤਲਬ ਅੱਗੋਂ ਚੱਲੀਏ ਤਾਂ ਟਰਾਂਸਫੈਟ ਦਾ ਆਪਾਂ ਸੋਚੀਏ ਟਰਾਂਸਫੈਟ ਜਿਹੜੀ ਹੁੰਦੀ ਹੈ ਉਹ ਜਿਹੜੀ ਹੈ ਫੂਡਸ ਨੂੰ ਪ੍ਰੀਜ਼ਰਵ ਕਰਕੇ ਰੱਖਦੇ ਨੇ ਜਿਵੇਂ ਆਪਾਂ ਪੈਕਡ ਫੂਡ ਲੈ ਆਉਂਦੇ ਹਾਂ ਅਤੇ ਉਹਨਾਂ ਨੂੰ ਇੱਥੇ ਆ ਕੇ ਗਰਮ ਕੀਤਾ ਅਤੇ ਖਾ ਲਿਆ ਅਤੇ ਉਹਨਾਂ ਦੇ ਵਿੱਚ ਜਿਹੜੀ ਫੈਟ ਹੁੰਦੀ ਹੈ ਉਹ ਪਾਰਸ਼ਲੀ ਹਾਈਡਰੋਜਨੇਟਿਡ ਹੁੰਦੀ ਹੈ ਉਹ ਸਾਡੀ ਸਿਹਤ ਵਾਸਤੇ ਬਹੁਤ ਹੀ ਖਰਾਬ ਹੈ ਅਤੇ ਉਹ ਚੀਜ਼ ਸਾਨੂੰ ਨਹੀਂ ਲੈਣੀ ਚਾਹੀਦੀ ਇਟ ਸ਼ੁੱਡ ਬੀ 0% ਇਨ ਆਵਰ ਡਾਇਟ ਟਰਾਂਸ ਫੈਟ ਸ਼ੁੱਡ ਬੀ 0% ਦੈਟ ਮੀਨਸ ਕਿ ਸਾਨੂੰ ਜਿਹੜਾ ਫੂਡ ਲੈਣਾ ਚਾਹੀਦਾ ਫਰੈਸ਼ਲੀ ਪ੍ਰੀਪੇਅਰਡ ਲੈਣਾ ਚਾਹੀਦਾ ਪਾਰਸ਼ਲੀ ਕੁੱਕਡ ਨਹੀਂ ਲੈਣਾ ਚਾਹੀਦਾ ਜਿਹੜਾ ਬਾਜ਼ਾਰਾਂ ਤੋਂ ਮਿਲਦਾ ਨਹੀਂ ਤਾਂ ਉਹ ਸਾਨੂੰ ਨੁਕਸਾਨ ਕਰੇਗਾ ਅਲਟੀਮੇਟਲੀ ਹਾਰਟ ਦੀਆਂ ਪ੍ਰੋਬਲਮਸ ਕਰੇਗਾ ਹੋਰ ਵੀ ਕਈ ਬਿਮਾਰੀਆਂ ਜਿਹੜੀਆਂ ਉਹਨਾਂ ਨਾਲ ਪੈਦਾ ਹੁੰਦੀਆਂ ਨੇ ਕਿਉਂਕਿ ਪ੍ਰੀਜ਼ਰਵ ਕਰਨ ਵਾਸਤੇ ਉਹਨਾਂ 'ਚ ਪ੍ਰੀਜ਼ਰਵੇਟਿਵ ਵੀ ਪਾਏ ਹੁੰਦੇ ਨੇ ਕੋਈ ਐਡੀਟਿਵਸ ਹੋਰ ਵੀ ਹੁੰਦੇ ਨੇ ਜਿਹਨਾਂ ਦਾ ਮੈਂਸ਼ਨ ਨਹੀਂ ਕੀਤਾ ਹੁੰਦਾ ਕਈ ਵਾਰੀ ਬਾਅਦ ਪੈਕਟ ਉੱਤੇ ਲਿਖਿਆ ਹੁੰਦਾ ਕਿ ਇਟ ਡਜ਼ ਨੋਟ ਕੰਟੇਨ ਟਰਾਂਸਫੈਟਸ ਬਟ ਐਕਚੁਲੀ ਜਿੱਥੇ ਇਹ ਵੀ ਲਿਖਿਆ ਹੁੰਦਾ ਉੱਥੇ ਵੀ 0.5% ਟਰਾਂਸਫੈਟ ਹੁੰਦੀ ਹੈ ਇਹ ਲੀਗਲੀ ਉਹਨਾਂ ਨੂੰ ਅਲਾਊਡ ਹੈ ਕਿ ਇਫ ਟਰਾਂਸਫੈਟ ਇਜ਼ ਲੈੱਸ ਦੈਨ 0.5% ਤਾਂ ਉਹ ਨਹੀਂ ਲਿਖਦੇ ਇਸ ਕਰਕੇ ਕੋਈ ਵੀ ਇਹੋ ਜਿਹਾ ਫੂਡ ਜਿਹੜਾ ਕਿ ਆਲਰੇਡੀ ਹਾਫ ਕੁਕਡ ਹੈ ਪ੍ਰੀਜ਼ਰਵਡ ਹੈ ਜੇ ਅਸੀਂ ਉਹ ਲੈਂਦੇ ਹਾਂ ਤਾਂ ਸਾਨੂੰ ਉਹਦੇ ਤੋਂ ਖਤਰਾ ਹੀ ਖਤਰਾ ਹੈ ਅਤੇ ਇਹ ਹੈਗਾ ਟਰਾਂਸਫੈਟਸ ਦੇ ਬਾਰੇ ਅਤੇ ਕੋਲੈਸਟਰੋਲ ਦੀ ਸਾਨੂੰ ਵਾਧੂ ਬਾਧੂ ਲੈਣ ਦੀ ਵੈਸੇ ਤਾਂ ਲੋੜ ਹੀ ਨਹੀਂ ਹੁੰਦੀ ਕਿਉਂਕਿ ਦੇਸੀ ਘਿਓ ਜਿਹੜਾ ਅਸੀਂ ਥੋੜ੍ਹਾ ਬਹੁਤਾ ਲੈਣਾ ਉਹਦੇ ਨਾਲ ਕੋਲੈਸਟਰੋਲ ਜਿੰਨਾ ਕੋਈ ਲੋੜ ਹੁੰਦੀ ਹੈ ਉਸ ਤੋਂ ਵਧੇਰੇ ਹੀ ਬਣ ਜਾਂਦਾ ਇਸ ਕਰਕੇ ਸਾਨੂੰ ਉਚੇਚੇ ਤੌਰ 'ਤੇ ਬਾਹਰੋਂ ਕੋਲੈਸਟਰੋਲ ਲੈਣ ਦੀ ਲੋੜ ਨਹੀਂ ਹੈ ਕੋਲੈਸਟਰੋਲ ਐੱਗ ਦਾ ਜਿਹੜਾ ਪੀਲਾ ਹਿੱਸਾ ਉਹਦੇ 'ਚ ਬਹੁਤ ਜ਼ਿਆਦਾ ਹੁੰਦਾ ਇਸ ਕਰਕੇ ਸਾਨੂੰ ਐੱਗ ਦਾ ਪੀਲਾ ਹਿੱਸਾ ਜਿਹੜਾ ਉਹ ਬਹੁਤ ਜ਼ਿਆਦਾ ਨਹੀਂ ਲੈਣਾ ਚਾਹੀਦਾ ਅਤੇ ਜੇ ਲਵਾਂਗੇ ਤਾਂ ਅਸੀਂ ਆਪਣਾ ਹਾਰਟ ਦੀਆਂ ਬਿਮਾਰੀਆਂ ਨੂੰ ਸੱਦਾ ਦੇ ਰਹੇ ਹੋਵਾਂਗੇ ਇਸ ਤਰੀਕੇ ਦੇ ਨਾਲ ਸਾਨੂੰ ਮਤਲਬ ਆਪਣੀ ਡਾਇਟ ਦੇ ਵਿੱਚ ਫੈਟ ਦੀ ਜੋ ਹੈ ਸਿਲੈਕਸ਼ਨ ਕਰਨੀ ਚਾਹੀਦੀ ਹੈ ਜੇ ਅਸੀਂ ਸੋਚ ਸਮਝ ਕੇ ਠੀਕ ਤਰੀਕੇ ਦੇ ਨਾਲ ਫੈਟ ਦੀ ਸਿਲੈਕਸ਼ਨ ਕਰਾਂਗੇ ਤਾਂ ਸਾਡੀ ਸਿਹਤ ਠੀਕ ਰਹੇਗੀ ਅਤੇ ਜੇ ਅਸੀਂ ਬਿਨਾਂ ਸੋਚੇ ਸਮਝੇ ਜਿਹੜੀ ਵੀ ਫੈਟ ਸਾਹਮਣੇ ਆਈ ਜਾਂ ਜਿਹੜੀ ਵੀ ਕੋਈ ਤਲੀ ਹੋਈ ਚੀਜ਼ ਆਈ ਆਪਣਾ ਸਵਾਦ ਦੇਖਿਆ ਅਤੇ ਹੋਰ ਕੁਛ ਨਾ ਦੇਖਿਆ ਤਾਂ ਫਿਰ ਕੀ ਹੋਏਗਾ ਕਿ ਅਸੀਂ ਬਿਮਾਰੀਆਂ ਨੂੰ ਸੱਦਾ ਦੇ ਰਹੇ ਹੋਵਾਂਗੇ ਕਿਹੜੀਆਂ ਕਿਹੜੀਆਂ ਬਿਮਾਰੀਆਂ ਮੋਟਾਪੇ ਦੀਆਂ ਬਿਮਾਰੀਆਂ ਹਾਰਟ ਦੀਆਂ ਬਿਮਾਰੀਆਂ
ਬਲੱਡ ਪ੍ਰੈਸ਼ਰ, ਹੋਰ ਵੀ ਕਈ ਜਿਹੜੀਆਂ ਮੈਟਾਬੋਲਿਕ ਸਿੰਡਰੋਮ, ਇਸ ਤੋਂ ਬਾਅਦ ਮੋਟਾਪੇ ਦੇ ਨਾਲ PCOD ਹੋ ਜਾਂਦੀ ਹੈ, ਹੋਰ ਵੀ ਕਈ ਬਿਮਾਰੀਆਂ ਲੱਗਦੀਆਂ ਨੇ ਮੋਟਾਪੇ ਦੇ ਨਾਲ, ਜੋੜਾਂ ਦੀਆਂ ਦਰਦਾਂ ਹੋ ਗਈਆਂ, ਕਈ ਕੁਝ ਹੋ ਗਿਆ, ਇਹ ਸਾਰੀਆਂ ਬਿਮਾਰੀਆਂ ਨੂੰ ਅਸੀਂ ਫਿਰ ਸੱਦਾ ਦੇ ਰਹੇ ਹੋਵਾਂਗੇ। ਅਤੇ ਇੱਕ ਗੱਲ ਯਾਦ ਰੱਖਣ ਵਾਲੀ ਹੈ ਕਿ ਇਕੱਲਾ ਗਰਾਊਂਡ ਨਟ ਆਇਲ ਜਿਹੜਾ ਉਹ ਨਹੀਂ ਲੈਣਾ ਚਾਹੀਦਾ, ਕਿਉਂਕਿ ਗਰਾਊਂਡ ਨਟ ਦੀ ਜਿਹੜੀ ਰੇਸ਼ੋ ω6 ਅਤੇ ω3 ਦੀ ਹੈ ਉਹ ਹੈ 35:1। ਕਈ ਤੇਲਾਂ ਦਾ ਤੇਲ ਲੈਂਦੇ ਨੇ, ਕਈ ਕੌਰਨ ਆਇਲ ਲੈਂਦੇ ਨੇ, ਕੌਰਨ ਆਇਲ ਜਿਹੜਾ 71:1 ਉਹਦੀ ਰੇਸ਼ੋ ਹੈ। ਇਸ ਕਰਕੇ ਜਦੋਂ ਅਸੀਂ ਗਰਾਊਂਡ ਨਟ ਆਇਲ ਲੈਣਾ ਤਾਂ ਉਹਦੇ ਨਾਲ ਸਾਨੂੰ ਮਸਟਰਡ ਆਇਲ ਕੰਬਾਈਨ ਕਰ ਲੈਣਾ ਚਾਹੀਦਾ, ਕਿਉਂਕਿ ਉਹਦੀ ਰੇਸ਼ੋ ਹੈ 1.5:1। ਓਲਿਵ ਆਇਲ ਅਤੇ ਸੋਇਆਬੀਨ ਆਇਲ ਜਿਹੜੀ ਹੈ ਉਹਨਾਂ ਦੇ ਵਿੱਚ ਰੇਸ਼ੋ ਜੋ ਹੈ ਪ੍ਰੋਪਰ ਜੋ ਚਾਹੀਦੀ ਹੈ ਉਹ ਹੈ। ਅਤੇ ਇਸ ਲਈ ਜਿਹੜੇ ਬਾਕੀ ਤੇਲ ਨੇ ਉਹ ਇਕੱਲਾ ਤੇਲ ਉਹ ਨਹੀਂ ਲੈਣਾ ਚਾਹੀਦਾ, ਇਕੱਲਾ ਕੋਕੋਨਟ ਵੀ ਨਹੀਂ ਲੈਣਾ ਚਾਹੀਦਾ, ਕਿਉਂਕਿ ਇਹਦੇ 'ਚ ω3 ਨਹੀਂ ਹੁੰਦਾ, ਇਹਦੇ 'ਚ ω6 ਹੁੰਦਾ। ਇਹਦੇ 'ਚ ਮੈਂ ਤੁਹਾਨੂੰ ਦੱਸਿਆ ਸੀ ਕਿ ਸਾਊਥ ਦੇ ਵਿੱਚ ਤਾਂ ਫਿਸ਼ ਖਾਂਦੇ ਨੇ, ਇਸ ਲਈ ਉਹਨਾਂ ਨੂੰ ਕੋਈ ਹੋਰ ਉਚੇਚੇ ਤੌਰ 'ਤੇ ਲੋੜ ਨਹੀਂ ਹੁੰਦੀ। ਪਰ ਜੇ ਕੋਈ ਦੂਜੀਆਂ ਸਟੇਟਸ ਦੇ ਵਿੱਚ ਜਿੱਥੇ ਫਿਸ਼ ਨਹੀਂ ਹੈ ਤਾਂ ਇਕੱਲਾ ਕੋਕੋਨਟ ਲੈਣਗੇ ਤਾਂ ω3 ਦੀ ਉਸਦੇ ਵਿੱਚ ਕਮੀ ਰਹਿ ਜਾਏਗੀ। ਸੋ ਇਹਨਾਂ ਚੀਜ਼ਾਂ ਦਾ ਸਾਨੂੰ ਥੋੜ੍ਹਾ ਬਹੁਤਾ ਧਿਆਨ ਰੱਖਣਾ ਚਾਹੀਦਾ ਜਦੋਂ ਅਸੀਂ ਆਪਣੀ ਖੁਰਾਕ ਦੇ ਵਿੱਚ ਚਰਬੀ ਦੀ ਮਾਤਰਾ ਅਤੇ ਉਸ ਦੀ ਟਾਈਪ ਨੂੰ ਡਿਸਾਈਡ ਕਰਨਾ ਕਿ ਅਸੀਂ ਕੀ ਲੈਣਾ ਹੈ। ਇਹ ਮੋਟੇ ਮੋਟੇ ਤੌਰ 'ਤੇ ਤੁਹਾਨੂੰ ਅਸੂਲ ਸਮਝਾਏ ਨੇ, ਬਾਕੀ ਜੋ ਬਰੀਕੀ ਦੇ ਵਿੱਚ ਤੁਸੀਂ ਆਪ ਸੋਚਣਾ ਹੈ ਕਿ ਤੁਹਾਡੀ ਸਿਹਤ ਵਾਸਤੇ ਤੁਹਾਨੂੰ ਕਿਹੜੀ ਚੀਜ਼ ਜ਼ਿਆਦਾ ਸੂਟੇਬਲ ਹੈ। ਸੋ ਇੰਨਾ ਹੀ ਕਹਿੰਦੇ ਹੋਏ ਮੈਂ ਆਪ ਜੀ ਕੋਲੋਂ ਖਿਮਾ ਦੀ ਜਾਚਕ ਹਾਂ। ਇਹ ਟੋਪਿਕ ਇਸ ਲਈ ਵੀ ਚੁਣਿਆ ਸੀ ਕਿ ਮੈਨੂੰ ਕਈਆਂ ਦੀ ਕੁਐਰੀ ਆਈ ਸੀ ਕਿ ਸਾਨੂੰ ਦੱਸੋ ਕਿ ਕੀ ਇਕੱਲਾ ਦੇਸੀ ਘਿਓ ਹੀ ਅਸੀਂ ਖਾ ਲਈਏ, ਉਹ ਸਫੀਸ਼ੈਂਟ ਹੈ, ਹੋਰ ਕੋਈ ਆਇਲ ਨਾ ਲਈਏ। ਤਾਂ ਮੇਰਾ ਖਿਆਲ ਹੈ ਕਿ ਤੁਹਾਨੂੰ ਹੁਣ ਸਮਝ ਆ ਗਈ ਹੋਣੀ ਹੈ ਕਿ ਜੇ ਤੁਸੀਂ ਇਕੱਲਾ ਹੀ ਦੇਸੀ ਘਿਓ ਲੈਣਾ ਚਾਹੁੰਦੇ ਹੋ ਤਾਂ ਬਾਕੀ ਜਿਹੜੀਆਂ ਚੀਜ਼ਾਂ ω3 ਦੀਆਂ ਸੋਰਸਿਸ ਹੈਗੀਆਂ ਨੇ, ਜਿਸ ਤਰ੍ਹਾਂ ਮੈਂ ਤੁਹਾਨੂੰ ਹੁਣੇ ਸਮਝਾਇਆ ਸੀ ਕਿ 2-3 ਚੀਜ਼ਾਂ ਦੱਸੀਆਂ ਨੇ, ਚੀਆ ਸੀਡਸ ਹੈ, ਅਲਸੀ ਹੈ, ਇਹਨਾਂ ਚੀਜ਼ਾਂ ਦਾ ਇਸਤੇਮਾਲ ਨਾਲ ਦੇ ਨਾਲ ਜ਼ਰੂਰ ਕਰਨਾ ਚਾਹੀਦਾ, ਨਹੀਂ ਤਾਂ ਤੁਹਾਡੇ ਵਿੱਚ ω3 ਦੀ ਕਮੀ ਰਹਿ ਜਾਏਗੀ ਅਤੇ ਹੋਰ ਨਹੀਂ ਤਾਂ ਡਿਪਰੈਸ਼ਨ ਤਾਂ ਹੋ ਹੀ ਜਾਏਗੀ, ਖਾਸ ਕਰਕੇ ਲੇਡੀਜ਼ ਨੂੰ, ਕਿਉਂਕਿ ਲੇਡੀਜ਼ ਦੀ ਜਿਹੜੀ ਪੈਰੀਮੀਨੋਪੌਜ਼ਲ ਏਜ ਹੁੰਦੀ ਹੈ ਦੇ ਆਰ ਮੋਸਟ ਸਸੈਪਟੀਬਲ, ਹਾਰਮੋਨ ਚੇਂਜਿਸ ਦੇ ਨਾਲ ਡਿਪਰੈਸ਼ਨ ਵੈਸੇ ਹੀ ਹੋ ਜਾਂਦੀ ਹੈ, ਅਤੇ ਨਾਲ ਜੇ ਐਡ ਔਨ ਫੈਕਟਰਸ ਹੈ ਆ ਜਾਏਗਾ ਤਾਂ ਫਿਰ ਡਿਪਰੈਸ਼ਨ ਦੀ ਵਧੇਰੇ ਸਾਨੂੰ ਬਿਮਾਰੀ ਆਉਣ ਦੀ ਖਦਸ਼ਾ ਰਹੇਗਾ। ਇਸ ਕਰਕੇ ਸਾਨੂੰ ਬਹੁਤ ਸੋਚ ਸਮਝ ਕੇ ਆਪਣੀ ਖੁਰਾਕ ਦੇ ਵਿੱਚ ਫੈਟ ਦੀ ਕੁਆਲਿਟੀ ਅਤੇ ਕੁਆਂਟਿਟੀ ਨੂੰ ਡਿਸਾਈਡ ਕਰਨਾ ਚਾਹੀਦਾ ਹੈ। ਇੰਨਾ ਕਹਿੰਦੇ ਹੋਏ ਮੈਂ ਭੁੱਲਾਂ ਚੁੱਕਾਂ ਦੀ ਖਿਮਾ ਮੰਗਦੀ ਹਾਂ ਅਤੇ ਆਪ ਜੀ ਨੂੰ ਮੈਂ ਸਤਿ ਸ੍ਰੀ ਅਕਾਲ ਬੁਲਾਉਂਦੀ ਹਾਂ। ਫਿਰ ਅਗਲੇ ਐਪੀਸੋਡ ਦੇ ਵਿੱਚ ਮੈਂ ਤੁਹਾਡੇ ਸਾਹਮਣੇ ਆਵਾਂਗੀ ਪ੍ਰੋਟੀਨ ਦੀ ਮਾਤਰਾ ਅਤੇ ਕਿਹੜੀ ਸਾਨੂੰ ਪ੍ਰੋਟੀਨ ਲੈਣੀ ਚਾਹੀਦੀ ਹੈ, ਸਾਡੀ ਸਿਹਤ ਲਈ ਕਿਹੜੀ ਪ੍ਰੋਟੀਨ ਚੰਗੀ ਹੈ, ਕਿਹੜੀ ਦੇ ਸਾਡੇ ਵਿੱਚ ਸਾਈਡ ਇਫੈਕਟ ਜ਼ਿਆਦਾ ਹੁੰਦੇ ਨੇ, ਇਹਦੇ ਬਾਰੇ ਆਪਾਂ ਥੋੜ੍ਹੇ ਜਿਹੇ ਵਿਚਾਰ ਸਾਂਝੇ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।